ਆ ਫਾਰਮੂਲਾ ਅਪਣਾਓ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਅਖੌਤੀ ਵਿਦਾਂ ਤੋਂ ਖੜਾ ਛਡਾਓ ਵੈਗਰਾ ਵਾਲਾ ਵਰਦਾ ਤੁਹਾਨੂੰ ਜੰਗਾ ਨਹੀਂ ਲੱਗੇਗਾ ਜਿਹੜਾ ਤੁਹਾਨੂੰ ਸਲਾਹ ਰਹੇਗਾ ਨਾ ਵੈਗਰਾ ਖਾਲਾ ਤੁਸੀਂ ਉਹਨੂੰ ਕਹੋਗੇ ਵੀ ਆਹ ਖਾਲਾ ਕਹਿੰਦੇ ਤੁਹਾਡਾ ਦਿਲ ਪੂਰਾ ਲਾ ਕੇ ਰੱਖਣਾ ਇਸ ਦਿਲ ਨੇ ਹਾਂਜੀ ਹਾਂਜੀ ਇਹ ਦਿਲ ਜਿਹੜਾ ਦਿਲ ਨਹੀਂ ਹੈਗਾ ਇਹਨੇ ਤੁਹਾਡੇ ਦਿਲ ਦੇ ਉੱਤੇ ਚਾਰ ਚੰਦ ਲਾ ਦੇਣੇ ਨੇ ਜੀ ਅੱਜ ਦੀ ਰੇਡ ਦੇ ਵਿੱਚ ਹਰ ਬੰਦੇ ਨੂੰ ਜਿਹੜੀ ਵੱਡੀ ਸਮੱਸਿਆ ਆਉਂਦੀ ਹੈ ਨਾ ਇੱਕੋ ਚੀਜ਼ ਦੀ ਆਉਂਦੀ ਹੈ ਕਹਿੰਦਾ ਕਿ ਮੈਂ ਆਪਣੇ ਜੀਵਨ ਸਾਥੀ ਨੂੰ ਸੈਟੀਸਫਾਈ ਨਹੀਂ ਕਰ ਸਕਿਆ ਵੈਗਰਾ ਦੇ ਨਾਜ਼ ਦੇ ਨਾਲ ਨਫਰਤ ਹੋ ਜੇਗੀ ਵੈਗਰਾ ਵਾਲਾ ਵਰਦਾ ਤੁਹਾਨੂੰ ਜੰਗਾ ਨਹੀਂ ਲੱਗੇਗਾ ਜਿਹੜਾ ਤੁਹਾਨੂੰ ਸੁਣਾ ਰਹੇਗਾ ਨਾ ਵੈਗਰਾ ਖਾਲਾ ਤੁਸੀਂ ਉਹਨੂੰ ਕਹੋਗੇ ਵੀ ਆਹ ਖਾਲਾ ਟੀਮ ਪੁੱਕੀ ਜਾਂ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਇਸ ਵੇਲੇ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਇਨਸਟੈਂਟ ਤੁਹਾਡੀ ਪਾਵਰ ਹੈਗੀਆਂ ਨੇ ਪੀਕ ਤੇ ਉੱਤੇ ਲੈ ਜਾਂਦੀਆਂ ਨੇ ਉਹਨਾਂ ਤੋਂ ਖਹਿੜਾ ਕਿਵੇਂ ਛੱਡਿਆ ਜਾਵੇ ਜਿਹੜੀ ਚੀਜ਼ ਤੁਸੀਂ ਕਦੀ ਉਮੀਦ ਨਹੀਂ ਸੀ ਕੀਤੀ ਵੀ ਮੇਰੀ ਲਾਈਫ 'ਚ ਇਹ ਕੁਝ ਹੋ ਸਕਦਾ ਉਹ ਚੀਜ਼ਾਂ ਇੰਨੀ ਤਾਕਤ ਇੰਨੀ એનર્ਜੀ ਸਰੀਰ ਦੇ ਵਿੱਚ ਪਰ ਦੇਣੀ ਹੈ ਜਿਹੜੀਆਂ ਜਿਹੜੀਆਂ ਮੈਂ ਗੱਲਾਂ ਕਰਦਾ ਵਾਂ ਨਾ ਇਹ ਸਾਰੀਆਂ ਤੁਸੀਂ ਜਾ ਕੇ ਗੂਗਲ ਤੇ ਚੈੱਕ ਕਰ ਲੈਣੀਆਂ ਉਹਨਾਂ ਲਈ ਜਿਨ੍ਹਾਂ ਨੂੰ ਜਿਨ੍ਹਾਂ ਦੀ ਨਸਾਂ ਦੇ ਵਿੱਚ ਤਾਕਤਾਂ ਨਹੀਂ ਬੰਦ ਹੋ ਗਈ ਹੈ ਜਾਂ ਜਿਨ੍ਹਾਂ ਦੀਆਂ ਨਸਾਂ ਡੈੱਡ ਹੋ ਗਈਆਂ ਨੇ ਠੀਕ ਹੈ ਜਿਨ੍ਹਾਂ ਦੇ ਅੰਦਰ ਸਰੀਰ ਦੇ ਅੰਦਰ ਪਾਵਰ ਨਹੀਂ ਰਹੀ ਜਾਨ ਨਹੀਂ ਰਹੀ ਸਰੀਰ ਜੰਮੇ ਢਲਾ ਹੋ ਗਿਆ ਉਹਨਾਂ ਲਈ ਇਹ ਫਾਰਮੂਲਾ ਕੰਮ ਕਰੇਗਾ ਮੈਂ ਉਸ ਗੱਲ ਨੂੰ ਸ਼ਰਮਿੰਦਾ ਹਾਂ ਮੈਂ ਆਪਣੇ 파ਟਨਰ ਮੋਰੇ ਜਾਨ ਵੇਲੇ ਰਾਤ ਨੂੰ ਮੇਰੇ ਹੱਥ ਪੈਰ ਕੰਬਨ ਲੱਪ ਜਾਂਦੇ ਨੇ ਕਿੰਨਾ ਮੈਨੂੰ ਇਦਾਂ ਲੱਗਦਾ ਵੀ ਜਦੋਂ ਮੈਂ ਜੰਗ ਤੇ ਚੱਲਾਵਾ ਤਾਂ ਮੇਰੇ ਕੋ ਹਥਿਆਰ ਵੀ ਨਹੀਂ ਲੈਣ ਲਈ ਦੇਖੋ ਆ ਚੀਜ਼ ਹੈਗੀ ਹੈ ਜੀ ਗੈਂਦੇ ਦਾ ਫੁੱਲ ਗੈਂਦੇ ਦਾ ਫੁੱਲ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਮੈਰੀਗੋਲਡ ਕਹਿੰਦੇ ਆ ਆ ਦੋ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਮਿਕਸਰ ਗ੍ਰਾਈਂਡਰ ਦੇ ਵਿੱਚ ਪੀ ਲੈਣਾ ਠੀਕ ਹੈ ਜੀ ਉਹਨੂੰ ਪੀ ਕੇ ਜਿਹੜੀ ਤੁਹਾਡੀ ਇਮਲੀ ਏ ਉਹਦਾ ਪਾਊਡਰ ਇਦਾਂ ਦਾ ਬਣਨਾ ਜੀ ਆਹ ਦੇਖੋ ਵਾਈਟ ਕਲਰ ਦਾ 50 ਗ੍ਰਾਮ ਇਹ 50 ਗ੍ਰਾਮ ਇਹ ਇਹਨਾਂ ਨੂੰ ਇਕੱਠਾ ਮਿਕਸ ਕਰ ਲੈਣਾ ਇੱਕੋ ਥਾਂ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉਹਦੇ ਨਾਲ ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਲੈਣਾ 15 ਦਿਨ ਲਗਾਤਾਰ ਆਪਾਂ ਲੈ ਸਕਦੇ ਹਾਂ ਰੁਕੀ ਸਾਹਿਬ ਤੁਸੀਂ ਯਕੀਨ ਕਰੋ ਆ ਜਿਹੜਾ ਪਾਊਡਰ ਹੈ ਨਾ ਇਦਾਂ ਦੇ ਪਾਊਡਰ ਨੂੰ ਅਕਵਾਤੀ ਵੈਦ ਪੁੜੀਆਂ ਦੇ ਵਿੱਚ ਭਰ-ਭਰ ਕੇ ਥੱਬੇ ਨੋਟਾਂ ਦੇ ਲ ਲੈਂਦੇ ਨੇ ਜਿਨ੍ਹਾਂ ਨਾਲ ਉਹਨਾਂ ਦੀਆਂ ਵੱਡੀਆਂ ਗੱਡੀਆਂ ਚੱਲਦੀਆਂ ਨੇ ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤੀ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਜਿਹੜਾ ਕਿ ਤੁਹਾਡੀ ਸਿਹਤ ਨਾਲ ਸੰਬੰਧਿਤ ਹੈ ਉਸ ਬਾਬਤ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਹੋਣਾ ਦੇ ਨਾਲ ਮੁਖਾਤਬ ਹੁੰਨੇ ਆ ਤੁਹਾਡੀ ਪ੍ਰੋਬਲਮ ਤੁਹਾਡੀ ਸਮੱਸਿਆ ਉਹਨਾਂ ਨਾਲ ਡਿਸਕਸ ਕਰਦੇ ਆ ਤੇ ਇਸ ਉਪਰੰਤ ਉਹ ਆਪਣਾ ਕੋਈ ਨਾ ਕੋਈ ਟੋਟਕਾ ਕੋਈ ਨਾ ਕੋਈ ਨੁਸਖਾ ਹੈ ਜਿਹੜਾ ਉਹਨਾਂ ਦਾ ਅਜ਼ਮਾਇਆ ਹੁੰਦਾ ਹੈ ਰਿਸਰਚ ਕੀਤੀ ਹੁੰਦੀ ਹੈ ਉਹ ਤੁਹਾਡੇ ਰੂਬਰੂ ਕਰਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਉਹਦਾ ਫਾਇਦਾ ਲੈਨੇ ਹੋ ਇਸੇ ਤਰੀਕੇ ਨਾਲ ਅੱਜ ਅਸੀਂ ਜਿਹੜਾ ਜਿਸ ਤਰੀਕੇ ਨਾਲ ਮੌਸਮ ਕਦੇ بارش ਵਾਲਾ ਹੋ ਰਿਹਾ ਹੈ ਮੌਸਮ ਕਦੇ ਧੁੱਪ ਵਾਲਾ ਹੋ ਰਿਹਾ ਹੈ ਮੌਸਮ ਲਗਾਤਾਰ ਕਰਵਟ ਲੈਂਦਾ ਤਾਂ ਅਜਿਹੇ ਦੇ ਵਿੱਚ ਜਿਹੜੀਆਂ ਸਾਡੀਆਂ ਸਰੀਰਿਕ ਸਮੱਸਿਆਵਾਂ ਨੇ ਸਰੀਰਿਕ ਦਿੱਕਤਾਂ ਨੇ ਉਹ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਅਜਿਹੇ ਦੇ ਵਿੱਚ ਇੱਕ ਆਮ ਇਨਸਾਨ ਆਮ ਬੰਦਾ ਕੀ ਕਰੇ ਕਿ ਉਹਦੀ ਜਿਹੜੀ ਸਰੀਰਿਕ ਕਮਜ਼ੋਰੀ ਹੈ ਉਹ ਉਹਨੂੰ ਮਹਿਸੂਸ ਨਾ ਹੋਵੇ ਇਸੇ ਮੁੱਦੇ ਦੇ ਉੱਤੇ ਇੱਕ ਵਾਰ ਫਿਰ ਤੋਂ ਅਸੀਂ ਵੈਦ ਹਰਸ਼ਵੀਰ ਹੋਰਾਂ ਦੇ ਕੋਲ ਆਏ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਆ ਵੈਦ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਕਿੱਕਰ ਟੀਵੀ ਪੰਜਾਬੀ ਦੇਖਣ ਵਾਲੇ ਦੇਸ਼ਾਂ-ਉਦੇਸ਼ਾਂ ਵਿੱਚ ਬੈਠੇ ਮੇਰੇ ਭਰਾ ਮੀਰਾ ਜਾਨੀ ਵੈਦ ਹਰਸ਼ਪ੍ਰੀਤ ਸਿੰਘ ਦਾ ਪਿਆਰ ਪ੍ਰਿਆ ਸਤਿਕਾਰ। ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਇਹੋ ਹੈ ਕਿ ਇਸ ਵੇਲੇ ਜਿਹੜੇ ਕਮਜ਼ੋਰੀ ਨਾਲ ਸੰਬੰਧਿਤ ਰੋਗ ਹੈਗੇ ਨੇ ਉਹ ਕੋਈ ਵੀ ਹੋ ਸਕਦਾ ਹੈ ਤੁਰਨ ਲੱਗੇ ਸਾਹ ਚੜ ਜਾਈਏ ਚਾਹ ਸਾਡਾ ਗਰਸਤੀ ਵਾਲਾ ਜ਼ਿੰਦਗੀ ਹੋਵੇ ਜਾਂ ਫਿਰ ਅਸੀਂ ਖਾਈ ਬਦਾਮ ਜਾ ਰਹੇ ਹਾਂ ਤੁਰਨ ਲੱਗੇ ਸਾਨੂੰ ਸਾਹ ਚੜੇ ਜਾ ਰਿਹਾ ਇਹ ਕਾਰਨ ਕੀ ਮੰਨਦੇ ਹੋ ਤੁਸੀਂ ਅਸਲ ਕਾਰਨ ਕੀ ਨੇ ਦੇਖੋ ਜੀ ਸਭ ਤੋਂ ਜਿਹੜਾ ਮੇਨ ਕਾਰਨ ਹੈ ਉਹ ਹੈਗੀ ਏ ਅਨ ਅਵੇਅਰਨੈਸ ਅਨ ਅਵੇਅਰਨੈਸ ਆਪਾਂ ਹਮੇਸ਼ਾ ਹੈਲਥ ਹੈਲਥ ਦੀ ਬਾਰੇ ਗੱਲ ਕਰਦੇ ਆਂ ਵੀ ਹੈਲਥ ਨੂੰ ਆਪਾਂ ਇੰਪਰੂਵ ਕਿੱਦਾਂ ਕਰਨਾ ਹੈਲਥ ਦੀ ਇਲਾਜ ਲਈ ਜਾਂ ਹੈਲਥ ਦੀ ਮੈਡੀਸਨ ਤੋਂ ਜ਼ਿਆਦਾ ਹੈਲਥ ਦੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਵੀ ਅਸੀਂ ਸਰੀਰ ਦੇ ਵਿੱਚ ਪਾ ਕੀ ਰਹੇ ਆਂ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਕਰ ਕੀ ਰਹੇ ਆਂ ਸਭ ਤੋਂ ਜ਼ਿਆਦਾ ਮੇਨ ਜਿਹੜਾ ਵੱਡਾ ਫੈਕਟਰ ਹੈ ਜਿਹਦੇ ਕਰਕੇ ਖਾਦਾ ਪੀਤਾ ਲੱਗਦਾ ਨਹੀਂ ਸਿਹਤ ਸਾਡੀ ਬੰਦੀ ਨਹੀਂ ਸਾਹ ਸਾਨੂੰ ਚੜਦਾ ਉਹ ਹੈਗਾ ਲਗਜ਼ਰੀ ਲਾਈਫਸਟਾਈਲ ਲਗਜ਼ਰੀ ਲਾਈਫਸਟਾਈਲ ਦੇ ਵਿੱਚ ਭਾਵ ਅਰਥ ਇਹ ਵੇ ਕਿ ਅਸੀਂ ਡੱਕਾ ਨਹੀਂ ਤੋੜਦੇ ਜਿਹੜੀ ਸਾਡੀ ਖਰਾਕ ਈ ਉਹ ਸਾਡੀ ਮਜ਼ਦੂਰਾਂ ਵਾਲੀ ਏ ਜਿਹੜਾ ਦਿਹਾੜੀ ਕਰਦਾ ਬੰਦਾ ਮਜ਼ਦੂਰ ਉਹਦੇ ਵਰਗੀ ਹੀ ਕੰਨੇ ਆ ਵੀ ਸਾਨੂੰ ਕਿਉਂ ਨਾ ਚੁਪੜੀਆਂ ਪਰੌਂਟੀਆਂ ਵੀ ਚਾਹੀਦੀਆਂ ਸਾਨੂੰ ਦੁੱਧ ਵੀ ਚਾਹੀਦਾ ਸਾਨੂੰ ਦਹੀਂ ਵੀ ਚਾਹੀਦਾ ਸਾਨੂੰ ਪਨੀਰ ਵੀ ਚਾਹੀਦਾ ਬੋਡੀ ਯੂਟਿਲਾਈਜ਼ ਕਿੱਥੇ ਕਰੇ ਉਹਦੀ એનર્ਜੀ ਬਣ ਗਈ ਉਹਦੇ ਤੋਂ ਬਾਅਦ ਐਕਸੈਸ ਜਿਹੜਾ ਫੂਡ ਆਪਾਂ ਇਨਟੇਕ ਕੀਤਾ ਉਹਦੀ એનર્ਜੀ ਸਾਡੇ ਅੰਦਰ ਬਣ ਗਈ એનર્ਜੀ ਆ ਵੀ ਗਈ ਉਹ એનર્ਜੀ ਲੱਗੇ ਕਿੱਥੇ ਉਹ ਲੱਗੇ ਕਿੱਥੇ ਮਟਾਪਾ ਬਣ ਜਾਂਦਾ ਉਹਦਾ ਸਾਹ ਜੰਣਾ ਸ਼ੁਰੂ ਹੋ ਜਾਂਦਾ ਦਿਲ ਦੇ ਰੋਗ ਲੱਗ ਜਾਂਦੇ ਨੇ ਬੀਪੀ ਹੋ ਜਾਂਦਾ ਸ਼ੂਗਰ ਹੋ ਜਾਂਦਾ ਜਿੰਨੀਆਂ ਅੱਜਕੱਲ੍ਹ ਬਿਮਾਰੀਆਂ ਚਲਦੀਆਂ ਪਈਆਂ ਸਾਰੇ ਲਾਈਫਸਟਾਈਲ ਡਿਸੀਜ਼ ਨੇ ਲਾਈਫਸਟਾਈਲ ਡਿਊ ਟੂ ਲਕਜ਼ਰੀ ਲਾਈਫਸਟਾਈਲ ਸਾਡੇ ਖਾਣ ਦਾ ਸਾਡੇ ਪੀਣ ਦਾ ਤਰੀਕਾ ਤੁਸੀਂ ਸੁਣਿਆ ਵੀ ਗਰਮੀ ਦੇ ਵਿੱਚ ਜੋ ਅੱਜ ਕੱਲ ਮੌਸਮ ਚੱਲਦਾ ਪਿਆ ਕਦੀ ਕਿਸੇ ਨੂੰ ਦੇਖਿਆ ਤੁਸੀਂ ਗਰਮ ਗਰਮੀ ਦੇ ਵਿੱਚ ਗਰਮ ਪਾਣੀ ਪੀਂਦੇ ਹੋਏ ਜੀ ਬਿਲਕੁਲ ਨਹੀਂ ਹਾਂ ਇਹ ਕਹਿੰਦੇ ਜੀ ਫਰਿੱਜ ਦਾ ਲੱਗਾ ਪਾਣੀ ਹੋਵੇਗਾ ਤੇ ਫੇਰ ਪੀ ਆਂ ਜੇ ਨਹੀਂ ਫਰਿੱਜ ਦਾ ਲੱਗਾ ਪਾਣੀ ਤੇ ਕੋਈ ਹੋਗਾ ਤੇ ਮੈਂ ਪਾਣੀ ਨਹੀਂ ਪੀਣਾ ਗਰਮ ਪਾਣੀ ਪੀਣਾ ਤਾਂ ਬਹੁਤ ਦੂਰ ਦੀ ਗੱਲ ਹੈ ਜਦ ਕਿ ਅੱਜ ਦੀ ਡੇਟ ਦੇ ਵਿੱਚ ਜੋ ਇਸ ਵੇਲੇ ਵੈਦਰ ਚੱਲਦਾ ਪਿਆ ਗਰਮ ਪਾਣੀ ਪੀਣਾ ਬਾਡੀ ਲਈ ਕਿੰਨਾ ਐਸੈਂਸ਼ੀਅਲ ਹੈ ਹਾਂ ਗਰਮ ਪਾਣੀ ਉਸ ਲਈ ਐਸੈਂਸ਼ੀਅਲ ਹੈ ਵੀ ਜਿਹੜਾ ਅਸੀਂ ਖਾਣਾ ਖਾਣੇ ਪਏ ਆ ਜਿਹੜਾ ਐਕਸੈਸ ਫੂਡ ਆਪਾਂ ਇਨਟੇਕ ਕਰ ਲਿਆ ਉਹਨੇ ਨਾੜਾਂ ਦੇ ਵਿੱਚ ਜਾ ਕੇ ਬਲੌਕੇਜ ਕਰਨੀ ਹੈ ਉਹ ਬਲੌਕੇਜ ਨੂੰ ਦੂਰ ਕਰਨ ਲਈ ਅਸੀਂ ਕੀ ਕਰ ਰਹੇ ਆ ਕੋਈ ਨਹੀਂ ਕਰ ਰਹੇ ਕੋਲਡ ਡਰਿੰਕ ਪੀ ਰਹੇ ਹਾਂ ਕੋਲਡ ਡਰਿੰਕ ਪੀ ਰਹੇ ਆ ਆ ਤੁਹਾਡੀ ਗੱਲ ਸਹੀ ਹੈ ਵੀ ਪਾਣੀ ਪਾਣੀ ਦੀ ਗੱਲ ਕੀਤੀ ਕੋਲਡ ਡਰਿੰਕ ਵਾਲਾ ਪੁਆਇੰਟ ਤੁਸੀਂ ਚੱਕਿਆ ਬਹੁਤ ਵਧੀਆ ਪੁਆਇੰਟ ਚੱਕਿਆ ਕੋਲਡ ਡਰਿੰਕ ਦੇ ਵਿੱਚ ਕੀ ਹੈਗਾ ਤੁਸੀਂ ਕਦੀ ਕੋਲਡ ਡਰਿੰਕ ਦੇ ਵਿੱਚ ਰਿਸਰਚ ਕੀਤੀ ਹੈ ਉਹਦੇ ਵਿੱਚ ਇੱਕ ਕੈਮੀਕਲ ਇਦਾਂ ਦਾ ਪੈਂਦਾ ਜਿਸ ਦੇ ਨਾਲ ਅਸੀਂ ਟਾਇਲਟ ਸਾਫ਼ ਕਰਦੇ ਹਾਂ ਹਾਂ ਉਹ ਟਾਇਲਟ ਸਾਫ ਕਰਨ ਵਾਲਾ ਜਿਹੜਾ ਕੈਮੀਕਲ ਹੈ ਉਹਨੂੰ ਅਸੀਂ ਬੜੀ ਸ਼ਾਨ ਨਾਲ ਪੀਂਨੇ ਆ ਬਹੁਤ ਮਹਿੰਗੇ ਭਾਅ ਨਾਲ ਖਰੀਦ ਕੇ ਪੀਂਨੇ ਆ ਉਹਦੀ ਬਜਾਏ ਅਸੀਂ ਕੋਈ ਚੰਗੀ ਚੀਜ਼ ਨਹੀਂ ਪੀਂਦੇ ਉਹਦੀ ਬਜਾਏ ਸਾਡੇ ਕੋਈ ਕਰਾਂਜ ਲੱਸੀ ਪਈ ਹੈ ਲੱਸੀ ਦੇ ਕਿੰਨੇ ਫਾਇਦੇ ਨੇ ਸਾਡੀ ਗਰਮੀ ਕਿਦਾਂ ਦੂਰ ਕਰਦੀ ਹੈ ਲੱਸੀ ਲੱਸੀ ਨੂੰ ਆਪਾਂ ਫਲੇਵਰ ਲੱਸੀ ਬਣਾ ਕੇ ਪੀ ਸਕਦੇ ਹਾਂ ਉਹਦੇ ਵਿੱਚ ਥੋੜਾ ਜਿਹਾ ਰੂਫ ਜੱਬ ਆ ਕੇ ਪੀ ਸਕਦੇ ਹਾਂ ਉਹਦੇ ਵਿੱਚ ਥੋੜਾ ਜਿਹਾ ਅੰਬ ਮਿਕਸ ਕਰਕੇ ਉਹਨੂੰ ਮੰਗੇਓ ਫਲੇਵਰ ਬਣਾ ਸਕਦੇ ਹਾਂ ਜੋ ਕਿ ਕੋਲਡ ਡਰਿੰਕ ਨਾਲੋਂ ਕਈ ਗੁਣਾ ਜ਼ਿਆਦਾ ਸਵਾਦ ਹੈ ਤੇ ਕਈਆਂ ਦੇ ਹੈਲਥ ਬੈਨੀਫਿਟ ਇੰਨੇ ਅਮੇਜ਼ਿੰਗ ਨੇ ਇੰਨੇ ਵਧੀਆ ਹੈਲਥ ਬੈਨੀਫਿਟ ਦੇ ਸਕਦੇ ਨੇ ਬਟ ਅਸੀਂ ਚੰਗੇ ਪਾਸੇ ਨਹੀਂ ਜਾਣਾ ਜਦੋਂ ਤੱਕ ਅਹੀ ਡਾਕਟਰ ਨੂੰ ਨਹੀਂ ਦੇਖਣਾ ਜਦੋਂ ਤੱਕ ਅਸੀਂ ਅਕਵਾਦੀ ਵੈਦਾਂ ਦੇ ਚੱਕਰ 'ਚ ਨਹੀਂ ਪੈਣਾ ਉਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੋਣੀ ਅੱਛਾ ਵੈਜੀ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਆਇਆ ਜਦੋਂ ਸਾਡਾ ਲਾਈਫਸਟਾਈਲ ਲਗਜ਼ਰੀ ਹੋ ਜਾਂਦਾ ਹੈ ਲਗਜ਼ਰੀ ਤੋਂ ਭਾਵ ਅਸੀਂ ਸਾਡਾ ਕੰਮ ਦਿਮਾਗੀ ਹੈ ਸਰੀਰਿਕ ਨਹੀਂ ਹੈ ਤੇ ਸਾਡਾ ਜਿਹੜਾ ਖੁਰਾਕ ਹੈ ਉਹ ਸਰੀਰਿਕ ਕਸਰਤ ਸਰੀਰਿਕ ਕੰਮਕਾਜ ਕਰਨ ਵਾਲਿਆਂ ਦਾ ਹੋ ਜਾਂਦਾ ਤੇ ਅਜੇ ਦੇ ਵਿੱਚ ਫਿਰ ਕਿਹੜੀਆਂ ਦਿੱਕਤਾਂ ਸਭ ਤੋਂ ਪਹਿਲਾਂ ਤੁਹਾਡੇ ਮੁਤਾਬਕ ਜਿਹੜੀਆਂ ਆ ਚਿੰਬੜਦੀਆਂ ਨੇ ਦੇਖੋ ਜੀ ਜੇ ਤੁਹਾਨੂੰ ਆਪ ਨੂੰ ਪਤਾ ਵੀ ਮੈਂ ਸਾਰੀ ਦਿਹਾੜੀ ਦੇ ਵਿੱਚ 1.5 ਕਿਲੋਮੀਟਰ ਵੀ ਵਾਕ ਨਹੀਂ ਕਰ ਸਕਦਾ ਮੇਰੇ ਕੋਲ ਵਾਕ ਕਰਨ ਦਾ ਸਮਾਂ ਨਹੀਂ ਹੈਗਾ ਮੇਰਾ ਸਾਰਾ ਕੰਮ ਕੰਪਿਊਟਰ ਤੇ ਵੇ ਜਾਂ ਦਫਤਰ ਦੇ ਵਿੱਚ ਬੈ ਕੇ ਦਿਮਾਗੀ ਕੰਮ ਹੈ ਲਿਮਿਟ ਯਰ ਡਾਈਟ ਡਾਈਟ ਦੀ ਇੱਕ ਲਿਮਿਟ ਕਰ ਲਓ ਵੀ ਜਿੰਨੀ ਤੁਹਾਨੂੰ ਭੁੱਖੇ ਉਹਨੂੰ ਚਾਰ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲਓ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਰੋਟੀ ਖਾਣੀ ਬੰਦ ਕਰ ਦਿਓ ਚਾਰ ਹਿੱਸਿਆਂ 'ਚ ਡਿਵਾਈਡ ਕਰ ਦਿਓ ਉਹਨੂੰ ਪੋਰਸ਼ਨਸ ਦੇ ਵਿੱਚ ਖਾਣਾ ਸ਼ੁਰੂ ਕਰੋ ਮਨ ਲਓ ਵੀ ਦਿਹਾੜੀ ਦੇ ਵਿੱਚ ਅਸੀਂ ਤਿੰਨ ਵਾਰੀ ਜਾਂ ਦੋ ਵਾਰੀ ਰੋਟੀ ਖਾਣੇ ਆ ਠੀਕ ਹੈ ਉਹਨੂੰ ਡਾਈਟ ਨੂੰ ਡਿਵਾਈਡ ਕਰ ਲਓ 8 ਹਿੱਸਿਆਂ ਦੇ ਵਿੱਚ 8 ਹਿੱਸਿਆਂ ਦੇ ਵਿੱਚ ਡਿਵਾਈਡ ਕਰਨਾ ਕੀ ਹੈ ਐਵਰੀ ਟਾਈਮ ਤੁਸੀਂ ਰੋਟੀ ਨਹੀਂ ਖਾਣੀ ਸੈਂਡਵਿਚ ਨਹੀਂ ਖਾਣਾ ਤੁਸੀਂ ਫਰੂਟ ਖਾਣਾ ਮੋਸਟਲੀ ਰਿਲਾਈ ਕਰੋਗੇ ਜਦੋਂ ਤੁਸੀਂ ਫਰੂਟ ਨਾਲ ਇੱਕ ਤੇ ਤੁਹਾਨੂੰ ਓਬੈਸਟੀ ਕਦੀ ਨਹੀਂ ਹੋਏਗੀ ਤੁਹਾਡਾ ਭਾਰ ਨਹੀਂ ਕਦੀ ਵਧੇਗਾ ਕਮਜ਼ੋਰੀ ਨਹੀਂ ਹੋਏਗੀ ਕਮਜ਼ੋਰੀ ਤੋਂ ਭਾਵ ਅਰਥੇ ਕਿਸੇ ਤਰ੍ਹਾਂ ਦੀ ਕਮਜ਼ੋਰੀ ਉਹਦੇ ਵਿੱਚ ਗ੍ਰਸਤ ਕਮਜ਼ੋਰੀ ਵੀ ਆ ਜਾਂਦੀ ਹੈ ਆਪਣੇ 파ਟਨਰ ਨੂੰ ਸੈਟੀਸਫਾਈ ਕਰਨ ਵਾਲੀ ਕਮਜ਼ੋਰੀ ਵੀ ਆ ਜਾਂਦੀ ਹੈ ਸਭ ਤੋਂ ਜਿਹੜੀ ਮੇਨ ਚੀਜ਼ ਹੈ ਕਿਸੇ ਵੀ ਬਿਮਾਰੀ ਦੇ ਸ਼ਿਕਾਰ ਨਹੀਂ ਹੋਵੋਗੇ 슈ਗਰ ਡਾਇਬੀਟਿਸ ਵਰਗਾ ਰੋਗ ਨਹੀਂ ਹੋਏਗਾ ਬਲੱਡ ਪ੍ਰੈਸ਼ਰ ਹਾਈ ਹੋਣ ਦਾ ਰੋਗ ਨਹੀਂ ਹੋਏਗਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਸਰੀਰ ਨੂੰ ਨਹੀਂ ਹੋਏਗਾ ਕਨਸਟਿਪੇਸ਼ਨ ਨਹੀਂ ਹੋਏਗੀ ਕਬਜ ਨਹੀਂ ਹੋਏਗੀ ਤੁਹਾਨੂੰ ਤੁਹਾਡਾ ਪੇਟ ਬਿਲਕੁਲ ਠੀਕ ਰਹੇਗਾ ਡਾਈਜੈਸ਼ਨ ਵਾਲਾ ਪ੍ਰੋਸੈਸ ਬਿਲਕੁਲ ਠੀਕ ਰਹੇਗਾ ਤਾਨੂੰ ਇਨ ਸ਼ਾਰਟ ਕਿਸੇ ਡਾਕਟਰ ਨੂੰ ਕਿਹੇ ਵਿਖੋਤੀ ਵੈਦ ਨੂੰ ਮਿਲਣ ਦੀ ਲੋੜ ਨਹੀਂ ਪਵੇਗੀ ਜਦੋਂ ਮਰਜੀ ਆਪਣਾ ਤੁਹਾਡੇ ਮਨ ਕਰੇ ਆਪਣੇ ਸਾਰੇ ਬਾਡੀ ਦੇ ਟੈਸਟ ਕਰਾ ਲਓ ਸਾਰੇ ਟੈਸਟ ਨਾਰਮਲ ਆਣਗੇ ਇਹ ਮੇਰੀ ਜ਼ਿੰਮੇਵਾਰੀ ਹੈ ਅੱਛਾ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਡਾਈਟ ਨੂੰ ਡਿਵਾਈਡ ਕਰ ਲਈਏ ਹਿੱਸਾ ਬਣਾ ਲਈਏ ਮਤਲਬ ਇੱਕ ਟਾਈਮ ਫਰੂਟ ਖਾ ਲਈਏ ਇੱਕ ਟਾਈਮ ਰੋਟੀ ਖਾ ਲਈਏ ਇੱਕ ਟਾਈਮ ਕੋਈ ਹੋਰ ਚੀਜ਼ ਹੋ ਤਾਂ ਸੂਪ ਵਗੈਰਾ ਵੈਜੀਟੇਬਲ ਦਾ ਜਿਹੜਾ ਅਸੀਂ ਲੈ ਸਕਦੇ ਹਾਂ ਸੋ ਪਰ ਦਿੱਕਤਾਂ ਇਸ ਵੇਲੇ ਜਿਹੜੀਆਂ ਜਿਨ੍ਹਾਂ ਨੂੰ ਲੱਗ ਚੁੱਕੇ ਨੇ ਜਿਨ੍ਹਾਂ ਨੇ ਮਾਡਰਨ ਲਾਈਫ ਸਟਾਈਲ ਕਰਕੇ ਦਿੱਕਤਾਂ ਹੋ ਚੁੱਕੀਆਂ ਨੇ ਉਹ ਕੀ ਨੇ ਜੀ ਫਿਰ ਉਹ ਕਿਵੇਂ ਹੋ ਜਾਂਦੇ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਅਪਣਾਇਆ ਵੀ ਹੋਊਗਾ ਕਈ ਵਾਰ ਜਦੋਂ ਇਹ ਦਿੱਕਤਾਂ ਆ ਵੀ ਲੱਗਦੀਆਂ ਨੇ ਦੇਖੋ ਜੀ ਜਿਹੜੀ ਹੈਲਦੀ ਲਾਈਫ ਸਟਾਈਲ ਦੇ ਵਿੱਚ ਜਿਹੜੀਆਂ ਜਿਹੜੀਆਂ ਪ੍ਰੋਬਲਮ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਹੋ ਸਕਦੀਆਂ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਹੰਡਾਲਿਆ ਜਿਨ੍ਹਾਂ ਨੇ ਇਹ ਆਪਣਾ ਲਗਜ਼ਰੀ ਲਾਈਫ ਸਟਾਈਲ ਅਪਣਾਲਿਆ ਜਿਨ੍ਹਾਂ ਨੂੰ ਆਲਰੇਡੀ ਪ੍ਰੋਬਲਮ ਹੋ ਚੁੱਕੀ ਏ ਉਹਨਾਂ ਲਈ ਅੱਜ ਦਾ ਵੀਡੀਓ ਅਸੀਂ ਲੈ ਕੇ ਆਏ ਆ ਉਹਨਾਂ ਲਈ ਇੱਕ ਨਵਾਂ ਨੁਸਖਾ ਵੀ ਲੈ ਕੇ ਆਏ ਆ ਉਹਨਾਂ ਲਈ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਜ਼ਰੂਰੀ ਏ ਕਿਉਂਕਿ ਅੱਜ ਆਪਾਂ ਉਹਨਾਂ ਦੀ ਲਾਈਫ ਸਟਾਈਲ ਨੂੰ ਚੇਂਜ ਕਰਨ ਲਈ ਆਪਾਂ ਆਏ ਆ ਅੱਜ ਸਾਡੀ ਜਿਹੜੀ ਦੇਸੀ ਵੈਗਰਾਂ ਦੀ ਸੀਰੀਜ਼ ਚੱਲਦੀ ਪਈ ਏ ਅੱਜ ਉਹਦਾ ਪਾਰਟ 35 ਪਾਗ 35 ਸ਼ੂਟ ਕਰਨ ਜਾ ਰਹੇ ਆ ਸਾਡੇ ਨਾਲ ਐਂਡ ਤੱਕ ਬਣੇ ਰਹੋ ਦੇਸੀ ਵੈਗਰਾ ਦੀ ਸੀਰੀਜ਼ ਸਾਡੀ ਸਾਡੀ ਚੱਲਦੀ ਹੈ ਜੋ ਕਿ ਸਾਰੇ ਵੀਰ ਬਹੁਤ ਉਤਸ਼ਾਹ ਨਾਲ ਬੜੇ ਪਿਆਰ ਨਾਲ ਸਾਨੂੰ ਦੇਖਦੇ ਨੇ ਸਾਨੂੰ ਬਹੁਤ ਸਾਰਾ ਪਿਆਰ ਵੀ ਮਿਲਦਾ ਉਹਦੇ ਵਿੱਚ ਸੋ ਸਾਡਾ ਦੇਸੀ ਵੈਗਰਾ ਨਾਮ ਯੂਜ਼ ਕਰਨ ਦਾ ਹਮੇਸ਼ਾ ਮੈਂ ਇਹ ਗੱਲ ਕਹਿੰਦਾ ਨਾ ਵੀ ਦੇਸੀ ਵੈਗਰਾ ਯੂਜ਼ ਕਰਨ ਦਾ ਪਰਪਸ ਇਹ ਨਹੀਂ ਹੈਗਾ ਵੀ ਅਸੀਂ ਵੈਗਰਾ ਦੇ ਨਾਮ ਨੂੰ ਪ੍ਰਮੋਟ ਕਰ ਰਹੇ ਹਾਂ ਜਾਂ ਸਾਡਾ ਕੋਈ ਵੈਗਰਾ ਕੰਪਨੀ ਦੇ ਵਿੱਚ ਹਿੱਸੇਦਾਰੀ ਹੈ ਸਿਰਫ ਇੱਕ ਤੁਹਾਡੀ ਅਟੈਂਸ਼ਨ ਗ੍ਰੈਬ ਕਰਨ ਲਈ ਤੁਹਾਡੇ ਅਟੈਨਸ਼ਨ ਲੈਣ ਲਈ ਸੀ ਇਹ ਯੂਜ਼ ਕਰਦੇ ਆ ਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਵੈਗਰਾ ਹੈ ਉਹ ਇੱਕ ਪ੍ਰੋਬਲਮ ਬਣ ਚੁੱਕੀ ਹੈ ਇੱਕ ਸੰਕਟ ਬਣ ਚੁੱਕੀ ਹੈ ਇੱਕ ਪੈਂਡੈਮਿਕ ਦੇ ਰੂਪ ਦੇ ਵਿੱਚ ਆ ਗਈ ਹੈ ਜਿਹੜੀਆਂ ਅੱਜ ਕੱਲ ਦੇ ਜਿਹੜੇ ਮੈਂ ਸਾਰੇ ਕੈਮਿਸਟਾਂ ਬਾਰੇ ਗੱਲ ਨਹੀਂ ਕਰ ਰਿਹਾ ਜਿਹੜੇ ਕੁਝ ਇਦਾਂ ਦੇ ਕੈਮਿਸਟਰੀ ਜਿਹੜੇ ਆਪਣੇ ਆਪ ਨੂੰ ਪ੍ਰੋਫਿਟ ਨੂੰ ਪੈਸੇ ਨੂੰ ਮੁੱਖ ਰੱਖ ਕੇ ਆਪਣਾ ਵਪਾਰ ਨੂੰ ਇਦਾਂ ਦਾ ਚੱਕ तरीके ਨਾਲ ਚਲਾਉਂਦੇ ਨੇ ਜਿਸ ਦੇ ਨਾਲ ਸਾਰੇ ਜਿਹੜਾ ਸੋਸਾਇਟੀ ਆਪਣੀ ਸਾਰਿਆਂ ਦਾ ਨੁਕਸਾਨ ਹੋ ਰਿਹਾ ਕਾਰਨ ਕਰ ਰਹੇ ਨੇ ਸੋ ਆਪਾਂ ਉਹਨਾਂ ਕੈਮਿਸਟਾਂ ਨੂੰ ਵੀ ਇੱਕ ਬੇਨਤੀ ਕਰਦੇ ਆਂ ਵੀ ਪਲੀਜ਼ ਉਹ ਜਿਹੜੇ ਤੁਹਾਡੇ ਕੋ ਆਂਦੇ ਨੇ ਉਹ ਤੁਹਾਡੇ ਬੱਚਿਆਂ ਵਰਗੇ ਨੇ ਤੁਹਾਡੇ ਪੁੱਤਾਂ ਵਰਗੇ ਨੇ ਤੁਹਾਡੇ ਭਰਾਵਾਂ ਵਰਗੇ ਨੇ ਉਹਨਾਂ ਨੂੰ ਇਦਾਂ ਦੀ ਮਾੜੀ ਚੰਗੀਆਂ ਚੀਜ਼ਾਂ ਨਾ ਦੋ ਦੇਖੋ ਅੱਜ ਕੱਲ ਲੀਵਰ ਫੇਲਿਅਰ ਹੋ ਰਿਹਾ ਲੀਵਰ ਸਿਰੋਸਿਸ ਹੋ ਰਿਹਾ ਕਿਡਨੀਆਂ ਫੇਲ ਹੋ ਰਹੀਆਂ ਨੇ ਲੋਕਾਂ ਦੀਆਂ ਇੰਨੇ ਜਬਰਦਸਤ ਨੁਕਸੇ ਪੈ ਰਹੇ ਨੇ ਇਹਨੇ ਜਬਰਦਸਤ ਬਿਮਾਰੀਆਂ ਪੈ ਰਹੀਆਂ ਨੇ ਜੋ ਕੀ ਮੁੜ ਕੇ ਸੀਨੀਅਰ ਤੋਂ ਸੀਨੀਅਰ ਡਾਕਟਰ ਵੀ ਹੱਥ ਖੜੇ ਕਰਕੇ ਦਿਖਾ ਦਿੰਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਇੱਕ ਅਵੇਅਰਨੈਸ ਫਲਾਣ ਲਈ ਅਸੀਂ ਦੇਸੀ ਨੁਸਖੇ ਲੈ ਕੇ ਆਨੇ ਆ ਇਹਦੇ ਵਿੱਚ ਸਾਡਾ ਆਪਣਾ ਕੋ ਪਰਸਨਲ ਫਾਇਦਾ ਨਹੀਂ ਹੈਗਾ ਜਾਂ ਪਾਗ ਇੱਥੇ ਬਿਜ਼ਨਸ ਕਰਨ ਲਈ ਨਹੀਂ ਬੈਠੇ ਅਸੀਂ ਤੁਹਾਨੂੰ ਸਿਰਫ ਇੱਕ ਅਵੇਅਰਨੈਸ ਕਰਨ ਲਈ ਇੱਕ ਐਜੂਕੇਸ਼ਨਲ ਪਰਪਸ ਤੇ ਅਸੀਂ ਤੁਹਾਨੂੰ ਵੀਡੀਓ ਬਣਾ ਕੇ آگਾਹ ਕਰਦੇ ਆਂ ਵੀ ਹੋ ਸਕੇ ਤੇ ਵੱਧ ਤੋਂ ਵੱਧ ਇਹਨਾਂ ਤੋਂ ਬਚੋ अच्छा डॉक्टर साहब ਜਿਹੜੀਆਂ ਮਾਡਰਨ ਸ਼ੈਲੀ ਹੈਗੀ ਹੈ ਲਾਈਫ ਸਟਾਈਲ ਦੀ ਅਸੀਂ ਜਿੱਦਾ ਸਰੀਰਿਕ ਕਸਰਤ ਨਹੀਂ ਕਰਦੇ ਸਰੀਰੀ ਕੰਮਕਾਜ ਨਹੀਂ ਕੋਈ ਅਸੀਂ ਕਰਦੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਦਿੱਕਤ ਸਮੱਸਿਆ ਹੈ ਜਿਹੜੀ ਖਾਸ ਕਰਕੇ ਬੰਦਿਆਂ 'ਚ ਕਿਹੜੀ ਆ ਜਾਂਦੀ ਹੈ ਤੁਹਾਡੇ ਕੋਲ ਬਹੁਤ ਲੋਕ ਇੱਥੇ ਆਉਂਦੇ ਨੇ ਬੜਾ ਲੰਮਾ ਤਜਰਬਾ ਹੈ ਸਭ ਤੋਂ ਪਹਿਲਾਂ ਜੇ ਲਾਈਫ ਸਟਾਈਲ ਅਸੀਂ ਚੇਂਜ ਨਾ ਕਰੀਏ ਸਮਾ ਰਹਿੰਦੇ ਕਿਹੜੀ ਦਿੱਕਤ ਸਮੱਸਿਆ ਸਭ ਤੋਂ ਪਹਿਲਾਂ ਤੁਹਾਡੇ ਮੁਤਾਬਕ ਬੰਦਿਆਂ ਦੇ ਵਿੱਚ ਖਾਸ ਕਰਕੇ ਆਉਂਦੀ ਹੈ ਦੇਖੋ ਜੀ ਅੱਜ ਦੀ ਰੇਟ ਦੇ ਵਿੱਚ ਹਰ ਬੰਦੇ ਨੂੰ ਜਿਹੜੀ ਵੱਡੀ ਸਮੱਸਿਆ ਆਉਂਦੀ ਹੈ ਨਾ ਇੱਕੋ ਚੀਜ਼ ਦੀ ਆਉਂਦੀ ਹੈ ਕਹਿੰਦਾ ਕਿ ਮੈਂ ਆਪਣੇ ਜੀਵਨ ਸਾਥੀ ਨੂੰ ਸੈਟੀਸਫਾਈ ਨਹੀਂ ਕਰ ਸਕਿਆ ਮੈਂ ਉਸ ਕੋਲੋਂ ਸ਼ਰਮਿੰਦਾ ਹਾਂ ਮੈਂ ਆਪਣੇ ਪਾਰਟਨਰ ਮੋਰੇ ਜਾਨ ਵੇਲੇ ਰਾਤ ਨੂੰ ਮੇਰੇ ਹੱਥ ਪੈਰ ਕੰਬਨ ਲੱਪ ਪੈਂਦੇ ਨੇ ਕਿੰਨਾ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਮੈਂ ਜੰਗ ਤੇ ਚੱਲਾਵਾ ਤੇ ਮੇਰੇ ਕੋਲ ਹਥਿਆਰ ਵੀ ਨਹੀਂ ਲੈਣ ਲਈ ਹੁੰਦੂ ਸਮਝੋ ਬੰਦੇ ਦੀ ਕੰਡੀਸ਼ਨ ਕਿੰਨੀ ਭਿਆਨਕ ਕਿੰਨੀ ਸੀਰੀਅਸ ਗੱਲ ਕਰ ਰਹੇ ਆਪਾਂ ਵੀ ਇੱਕ ਬੰਦਾ ਮੈਨੂੰ ਇੱਥੇ ਤੱਕ ਕਹਿ ਰਿਹਾ ਪੇਸ਼ੈਂਟ ਮੇਰਾ ਆ ਕੇ ਵੀ ਮੈਨੂੰ ਇਦਾਂ ਲੱਗਦਾ ਵੀ ਮੈਂ ਜੰਗ ਤੇ ਚੱਲਾ ਵਾਂ ਪਰ ਜਿਹੜੀ ਮੇਰੀ ਪਿਸਤੌਲ ਏ ਮੇਰੀ ਬੰਦੂਕ ਏ ਜਿਹਨੇ ਮੇਰੀ ਰੱਖਿਆ ਕਰਨੀ ਓ ਮੈਂ ਘਾਰ ਹੀ ਛੱਡ ਚੱਲਾ ਵਾਂ ਆਹ ਕੰਡੀਸ਼ਨ ਏ ਬੰਦੇ ਦੀ ਹੱਥ ਪੈਰ ਸੱਚੀ ਕੰਬਲ ਲਾ ਪੰਦੇ ਨੇ ਬੰਦੇ ਦੇ ਵੀ ਮੈਂ ਪਾਰਟਨਰ ਮੋਰੇ ਜਾ ਕੇ ਕੀ ਕਰਾਂਗਾ ਹੁੰਦਾ ਕੀ ਏ ਜੀ ਫਿਰ ਜਾਣ ਆਣ ਦਾ ਸਮਾਂ ਲੱਗਦਾ ਬਸ ਸ਼ਰਮਿੰਦਗੀ ਤੁਸੀਂ ਆਪਣੇ 파ਟਨਰ ਨੂੰ ਫੇਸ ਨਹੀਂ ਕਰ ਸਕਦੇ 파ਟਨਰ ਦੇ ਦਿਮਾਗ ਦੇ ਵਿੱਚ ਹੋਰ ਗੱਲ ਹੈ ਕਿਉਂਕਿ ਦੇਖੋ ਜਦੋਂ ਤਾਈ ਤੁਸੀਂ ਆਪਣੇ 파ਟਨਰ ਨਾਲ ਖੁੱਲ ਕੇ ਗੱਲ ਨਹੀਂ ਕਰਦੇ ਉਦੋਂ ਤੱਕ ਉਹਦੇ ਦਿਮਾਗ 'ਚ ਕੀ ਹੈ ਵੀ ਹੋ ਸਕਦਾ ਵੀ ਇਹ ਕਿਸੇ ਹੋਰ 'ਚ ਇੰਟਰਸਟ ਲੰਦਾ ਵਿਆ ਜਾਂ ਇਹ ਕਿਸੇ ਹੋਰ ਨੂੰ ਮਿਲ ਕੇ ਆਂਦਾ ਵਿਆ ਜਾਂ ਇਹਨੂੰ ਮੇਰੇ ਵਿੱਚ ਕੋਈ ਇੰਟਰਸਟ ਨਹੀਂ ਰਿਹਾ ਹੁਣ ਦੇਖੋ ਕਿੰਨੇ ਸਵਾਲ ਨੇ ਜਦੋਂ ਤੱਕ ਉਸ ਸਵਾਲਾਂ ਦਾ ਜਵਾਬ ਉਸ ਲੇਡੀ ਨੂੰ ਉਸ 파ਟਨਰ ਨੂੰ ਨਹੀਂ ਮਿਲਣਾ ਉਦੋਂ ਤੱਕ ਤੇ ਉਹ ਕਨਫਿਊਜ਼ ਹੈ ਨਾ ਇਧਰੋਂ ਇਹ ਦੱਸ ਨਹੀਂ ਸਕਦਾ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਜੇ ਦੱਸਿਆ ਫਿਰ ਗੱਲ ਹੋਰ ਪਾਸੇ ਚਲ ਜਣੀ ਹੈ ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਪੈਂਡੈਮਿਕ ਜਿਹੜੀ ਆਪ ਦਾ ਚਲਦੀ ਪਈ ਜਿਹੜੀ ਪ੍ਰੋਬਲਮ ਚੱਲ ਰਹੀ ਏ ਏਡੀ ਵੱਡੀ ਉਹ ਇਹ ਚੱਲ ਰਹੀ ਏ ਕਿ ਆਪਾਂ ਆਪਣੇ ਪਾਰਟਨਰ ਨੂੰ ਫੇਸ ਕਿੱਦਾਂ ਕਰਨਾ ਜੇ ਫੇਸ ਕੀਤਾ ਤੇ ਉੱਥੇ ਜਾ ਕੇ ਸਮਾ ਕਿੱਦਾਂ ਰੁਕਣਾ ਕਿੱਦਾਂ ਡਾਕਟਰ ਸਾਹਿਬ ਇਸ ਵੇਲੇ ਜਿਹੜੇ ਕਿ ਤੁਹਾਡੇ ਕੋਲ ਜ਼ਿਆਦਾਤਰ ਪੇਸ਼ੈਂਟ ਜਿਹੜੇ ਮੈਂ ਦੇਖੇ ਨੇ ਜਦੋਂ ਮੈਂ ਇੱਥੇ ਬੈਠਾ ਰਹੇ ਮੈਂ ਗੱਲ ਵੀ ਕੀਤੀ ਹੈ ਬਹੁਤ ਸਾਰੇ ਲੋਕਾਂ ਨਾਲ ਉਹ ਕਹਿੰਦੇ ਜੀ ਅਫੀਮ ਨੇ ਭੁੱਕੀ ਨੇ ਸਾਡਾ ਬੇੜਾ ਗਰਗ ਕਰਤਾ ਉਹ ਵੀ ਤੁਹਾਡੇ ਕੋਲ ਆਉਂਦੇ ਨੇ ਇੱਥੇ ਖਿਹੜਾ ਛਡਵਾਉਣ ਕੇ ਜੀ ਫੀਮ ਭੁੱਕੀ ਅਸੀਂ ਛੱਡਤੀਏ ਹੁਣ ਤੇ ਉਸ ਤੋਂ ਬਾਅਦ ਅਸੀਂ ਤੇ ਸਮਝ ਲਓ ਸਾਡਾ ਤਾਂ ਕੰਮ ਹੀ ਤਾੜੀ ਮਾਰਨ ਵਾਲਾ ਰਹਿ ਗਿਆ ਜੀ ਤੁਹਾਡੀ ਤਾੜੀ ਮਾਰਨ ਵਾਲੀ ਗੱਲ 100% ਨਹੀਂ 1000% ਬਾਜੋਵੇ ਮੈਂ ਵੀ ਇਸੇ ਗੱਲ ਤੇ ਆ ਰਿਹਾ ਸੀ ਤੁਸੀਂ ਬਿਲਕੁਲ ਐਪਰੋਪ੍ਰੀਏਟ ਸਹੀ ਟਾਈਮ ਤੇ ਸਹੀ ਕੁਐਸਚਨ ਪੁੱਟ ਕੀਤਾ ਕਿ ਨਸ਼ਿਆਂ ਦੇ ਗ੍ਰਿਫਤ ਦੇ ਵਿੱਚ ਅੱਜ ਦਾ ਯੂਥ ਕਿਉਂ ਆਂਦਾ ਪਿਆ ਕਿਉਂ ਆਂਦਾ ਪਿਆ ਉਹਨਾਂ ਨੂੰ ਕੀ ਲੱਗਦਾ ਕੋਈ ਸਵਾਰ ਦੇ ਬੰਦੇ ਕੋਲ ਸਲਾਹ ਨਹੀਂ ਲੈਣੀ ਜਿਹੜੇ ਆਪਣੇ ਨਾਲੋਂ ਵੀ ਮਾੜੇ ਨੇ ਯਾਰ ਦੋਸਤ ਉਹਨਾਂ ਦੇ ਕੋਲੋਂ ਜਾ ਕੇ ਸਲਾਹ ਲੈਣੀ ਹੈ ਕਹਿੰਦੇ ਜਿਹੜਾ ਤੁਹਾਡਾ ਮਾੜਾ ਟੀਚਰ ਹੈ ਨਾ ਉਹ ਤੁਹਾਡੇ ਦੁਸ਼ਮਣ ਨਾਲੋਂ ਵੀ ਮਾੜਾ ਕਿਉਂਕਿ ਮਾੜੇ ਟੀਚਰ ਦੇ ਉੱਤੇ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਲੈਣਾ ਵੀ ਇਹ ਮੇਰਾ ਗੁਰੂ ਏ ਮੇਰਾ ਟੀਚਰ ਏ ਵੀ ਜਿਨ੍ਹਾਂ ਨੇ ਉਹ ਮੈਨੂੰ ਸਮਝਾਤੀ ਇਹ ਗੱਲ ਬਿਲਕੁਲ ਸਹੀ ਹੋਣੀ ਹੈ ਕਿਉਂਕਿ ਉਸ ਚੀਜ਼ ਨੂੰ ਆਪਾਂ ਫਰਦਰ ਕਰਾਸ ਚੈੱਕ ਕਰਨ ਦੀ ਜ਼ਰੂਰਤ ਨਹੀਂ ਕਰਦੇ ਕੋਈ ਕਹਿੰਨੇ ਯਾਰ ਇਹ ਤਾਂ ਬੰਦਾ ਸਾਡਾ ਭਲਾ ਹੀ ਜਾਣਦਾ ਇਦਾਂ ਦੇ ਯਾਰ ਦੋਸਤ ਜਿਨ੍ਹਾਂ ਨੂੰ ਆਪ ਨਹੀਂ ਵਿਚਾਰਿਆਂ ਨੂੰ ਗਿਆਨ ਜਿਨ੍ਹਾਂ ਨੂੰ ਆਪ ਨੂੰ ਨਹੀਂ ਸਮਝ ਜਿਨ੍ਹਾਂ ਨੇ ਆਪ ਨਹੀਂ ਦੁਨੀਆਦਾਰੀ ਦੇਖੀ ਜਿਨ੍ਹਾਂ ਨੇ ਆਪ ਨਹੀਂ ਕਿਸੇ ਟੌਪਿਕ ਦੇ ਉੱਤੇ ਰਿਸਰਚ ਕੀਤੀ ਉਹਨਾਂ ਦੀ ਆਪਾਂ ਅੱਖ ਬੰਦ ਕਰਕੇ ਇਹ ਕਹਿ ਦਿੰਦੇ ਆ ਅੱਛਾ ਯਾਰ ਤੇਰਾ ਇਦਾਂ ਪ੍ਰੋਬਲਮ ਚਲਦੀ ਪਈ ਹੈ ਤੇਰੇ ਪਾਰਟਨਰ ਆ ਆਹ ਗੱਲਬਾਤ ਚਲਦੀ ਹੈ ਪਹਿਲਾਂ ਤੇ ਉਹ ਕੱਢਣਾ ਹਾਸਾ ਮਜ਼ਾਕ ਕਰਦਾ ਤਹਾਡੀ ਗੱਲ ਨੂੰ ਸੀਕ੍ਰੇਟ ਨਹੀਂ ਰੱਖਦਾ ਉਹ ਆਲੇ ਦੁਆਲੇ ਤੁਹਾਡਾ ਤਲੂਸ ਕੱਢਦਾ ਲੋਕਾਂ ਨੂੰ ਜਾ ਕੇ ਦੱਸਦਾ ਵੀ ਇਹ ਨਾ ਇਦਾਂ ਹੋ ਗਈ ਦੂਜੇ ਨੰਬਰ ਤੇ ਤੁਹਾਨੂੰ ਪੁੱਠੇ ਰਾਏ ਕਰਾਏ ਬਾਦੁੰਦਾ ਵੀ ਤੂੰ ਨਸ਼ੇ ਦਾ ਸਹਾਰਾ ਲਲ੍ਹਾ ਕਈਆਂ ਨੂੰ ਹਫੀਮ ਪੁੱਕੀ ਕਰ ਦਿੰਦੇ ਨੇ ਕਈਆਂ ਨੂੰ ਡੋਟੇ ਕਰ ਦਿੰਦੇ ਨੇ ਕਈਆਂ ਨੂੰ ਸ਼ਰਾਬ ਕਹਿ ਦਿੰਦੇ ਨੇ ਇਹ ਚੀਜ਼ਾਂ ਨੇ ਮੇਰਾ ਵੀਰ ਤੁਹਾਡੀ ਕੋਈ ਹੈਲਪ ਨਹੀਂ ਕਰਨੀ ਠੀਕ ਹੈ ਕੁਝ ਟਾਈਮ ਤੁਹਾਡਾ 2-4 ਦਿਨ ਦਾਦ ਦੇ ਨੂੰ ਸੌਖੇ ਕੱਢ ਦੂ ਬੜੀ ਹੱਦ ਮਹੀਨਾ ਕੱਢ ਦੂ ਅਲਟੀਮੇਟਲੀ ਤੁਹਾਨੂੰ ਇੱਕ ਖਤਾਬ ਮਿਲਣਾ ਕਿਤਾਬ ਹੋਣਾ ਨਸ਼ੇੜੀ ਦਾ ਨਸ਼ੇਬਾਜ ਦਾ ਸਮੈਕੀਏ ਦਾ ਇਦਾਂ ਦੇ ਕਿਤਾਬ ਮਿਲਨੇ ਨੇ ਉਹ ਦੱਸੋ ਤੁਹਾਡੇ ਪਰਿਵਾਰ ਨੂੰ ਤੁਹਾਡੇ ਲਈ ਉਹ ਚੰਗੇ ਨੇ ਅਫੀਮ ਪੁੱਕੀ ਜਾਂ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਇਸ ਵੇਲੇ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਇਨਸਟੈਂਟ ਤੁਹਾਡੀ ਪਾਵਰ ਹੈਗੀਆਂ ਨੇ ਪੀਕ ਤੇ ਉੱਤੇ ਲੈ ਜਾਂਦੀਆਂ ਨੇ ਉਹਨਾਂ ਤੋਂ ਖਿਹੜਾ ਕਿਵੇਂ ਛੱਡਿਆ ਜਾਵੇ ਤੁਹਾਡੇ ਕੋਲ ਅੱਜ ਕਿਹੜਾ ਨੁਸਖਾ ਹੈ ਕਿਹੜਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਹਰ ਪੁੱਠੀ ਸਿੱਧੀ ਚੀਜ਼ ਜਿਹੜੀ ਤੁਸੀਂ ਅੱਜ ਛਡਾ ਦੇਣੀ ਹੈ ਇਸ ਨੁਸਕੇ ਦੇ ਨਾਲ ਦੇਖੋ ਜੀ ਫਾਰਮੂਲੇ ਦੇ ਆਪਾਂ ਆਨੇ ਆ ਜੀ ਬਿਲਕੁਲ ਪੁਆਇੰਟ ਪਿੰਨ ਪੁਆਇੰਟ ਤੇ ਗੱਲ ਕਰਾਂਗੇ ਕਿਉਂਕਿ ਕਈ ਮੇਰੇ ਵੀਰਾਂ ਨੇ ਕਮੈਂਟ ਬਹੁਤ ਕੀਤੇ ਵੀ ਵੀਡੀਓ ਨੂੰ ਥੋੜਾ ਸ਼ਾਰਟ ਰੱਖਿਆ ਕਰੋ ਪਰ ਜਿੰਨੀ ਗੱਲ ਤੁਹਾਨੂੰ ਸਮਝਾਣੀ ਜ਼ਰੂਰੀ ਹੈ ਓਨੀ ਤੇ ਆਪਾਂ ਨੂੰ ਕਰਨੀ ਪੈਂਦੀ ਹੈ ਸੋ ਅਸੀਂ ਫਾਰਮੂਲੇ ਨੂੰ ਤੇ ਸ਼ਾਰਟ ਕਰ ਦਾਂਗੇ ਪਰ ਜਿਹੜੀ ਆਪਣੀ ਗੱਲ ਤੁਹਾਨੂੰ ਤੁਹਾਡੇ ਤਾਈਂ ਪਛਾਣੀ ਓ ਤੇ ਜ਼ਰੂਰੀ ਹੈ ਹੁਣ ਅੱਜ ਆਪਾਂ ਫਾਰਮੂਲਾ ਤੋਂ ਸਣ ਤੋਂ ਪਹਿਲਾਂ ਇੱਕ ਗੱਲ ਹੋਰ ਮੀਨ ਤੋਂ ਸੰਜਾ ਰਹੇ ਹਾਂ ਵੀ ਇਹ ਫਾਰਮੂਲੇ ਨੇ ਕਰਨਾ ਕੀ ਹੈ ਦੇਖੋ ਇਹ ਫਾਰਮੂਲੇ ਦਾ ਪਿੰਪੁਆਇੰਟ ਅਸਰ ਕੀ ਹੋਣਾ ਜਿਹੜਾ ਮੇਰਾ ਵੀਰ ਕਹਿੰਦਾ ਨਾ ਵੀ ਜਾਨ ਆਉਣ ਨੂੰ ਟਾਈਮ ਲੱਗਦਾ ਜਾਂ ਟਾਈਮ ਬਿਲਕੁਲ ਨਹੀਂ ਲੱਗਦਾ ਜਾਂ ਬਿਲਕੁਲ ਅਸੀਂ ਸ਼ਰਮਿੰਦਗੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਲਈ ਜਿਨ੍ਹਾਂ ਨੂੰ ਜਿਨ੍ਹਾਂ ਦੀ ਨਸਾਂ ਦੇ ਵਿੱਚ ਤਾਕਤਾਂ ਨਹੀਂ ਬੰਦ ਹੋ ਗਈ ਹੈ ਜਾਂ ਜਿਨ੍ਹਾਂ ਦੀਆਂ ਨਸਾਂ ਡੈੱਡ ਹੋ ਗਈਆਂ ਨੇ ਠੀਕ ਹੈ ਜਿਨ੍ਹਾਂ ਦੇ ਅੰਦਰ ਸਰੀਰ ਦੇ ਅੰਦਰ ਪਾਵਰ ਨਹੀਂ ਰਹੀ ਜਾਨ ਨਹੀਂ ਰਹੀ ਸਰੀਰ ਜੰਮੇ ਢੱਲਾ ਹੋ ਗਿਆ ਉਹਨਾਂ ਲਈ ਇਹ ਫਾਰਮੂਲਾ ਕੰਮ ਕਰੇਗਾ ਇਹ ਫਾਰਮੂਲਾ ਕੰਮ ਕਿੱਥੇ ਕਰੇਗਾ ਕੀ ਕਰੇਗਾ ਇਹਦਾ ਵਿਸਥਾਰ ਇਦਾਂ ਕੀ ਮੋਸਟਲੀ ਅੱਜਕੱਲ ਇੰਸਟਾਗ੍ਰam YouTube Facebook ਦੇ ਉੱਤੇ ਐਦਾਂ ਦੇ ਪੜਕੀਲੇ ਚਮਕੀਲੇ ਵੀਡੀਓ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਸਾਡਾ ਜਿਹੜਾ ਯੂਥ ਹੈ ਬਹੁਤ ਜ਼ਿਆਦਾ ਛੇਤੀ ਐਕਸਾਈਟਡ ਹੋ ਜਾਂਦਾ ਜਦੋਂ ਆਪਾਂ ਐਦਾਂ ਦੇ ਵੀਡੀਓ ਦੇਖ ਕੇ ਆਪਣੇ ਆਪ ਨੂੰ ਮੰਨ ਸਾਡਾ ਲਲਚਾ ਜਾਂਦਾ ਕੁਝ ਐਦਾਂ ਦੀ ਲਈ ਆਪਾਂ ਤਿਆਰ ਹੋ ਜਾਂਦੇ ਆ ਉਹਨਾਂ ਕੀ ਹੁੰਦਾ ਹੈ ਬ੍ਰੇਨ ਦੇ ਵਿੱਚ ਇੱਕ ਸੈੱਲ ਹੁੰਦਾ ਜਿਹਨੂੰ ਆਪਾਂ ਕਹਿੰਦੇ ਬਹੁਤ ਬਰੀਕ ਟਿਸ਼ੂ ਹੁੰਦੇ ਨੇ ਨਰਵਜ਼ ਹੁੰਦੀਆਂ ਨੇ ਉਹ ਇੰਨੀਆਂ ਕੁ ਜ਼ਿਆਦਾ ਐਕਸਾਈਟਡ ਹੋ ਜਾਂਦੀਆਂ ਕਿ ਆਪਾਂ ਛੋਟੀ ਤੋਂ ਛੋਟੀ ਚੀਜ਼ ਦੇਖ ਕੇ ਐਕਸਾਈਟ ਹੋਣਾ ਸ਼ੁਰੂ ਹੋ ਜਾਂਦੇ ਆ ਫਿਰ ਕੀ ਹੈ ਵੀ ਜਿਹੜਾ ਨੈਚੁਰਲ ਆਪਾਂ ਕਿਸੇ ਆਪਣੇ ਪਾਰਟਨਰ ਨੂੰ ਦੇਖ ਕੇ ਖੁਸ਼ ਹੁੰਨੇ ਆ ਜਾਂ ਆਪਾਂ ਉਹ ਵਰਚੁਅਲ ਲਾਈਫ ਜਿਣੀ ਸ਼ੁਰੂ ਕਰ ਦਿੰਨੇ ਆ ਉਸ ਨਾਲ ਚੀਜ਼ਾਂ ਦੇ ਅਸੀਂ ਯੂਜ਼ ਟੂ ਹੋ ਜਾਂਦੇ ਆ ਜਦੋਂ ਆਪਾਂ ਇਦਾਂ ਦੀ ਆਪਣੀਲੇ ਵੀਡੀਓ ਦੇਖ ਕੇ ਆਪਣੇ ਆਪ ਨੂੰ ਖੁਸ਼ ਕਰਨਾ ਸ਼ੁਰੂ ਕਰ ਦਿੰਨੇ ਆ ਜਿਹੜਾ ਨੈਚੁਰਲ ਬਿਊਟੀ ਹੈ ਜਿਹੜੀ ਨੈਚੁਰਲ ਚੀਜ਼ ਹੈ ਜਿਹੜਾ ਤੁਹਾਡਾ ਨੈਚੁਰਲ ਪਾਰਟਨਰ ਹੈ ਉਹਦੇ ਵੱਲੋਂ ਸਾਡੀ ਐਕਸਾਈਟਮੈਂਟ ਖਤਮ ਹੋ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਇਹ ਧੜਕੀਲੇ ਵੀਡੀਓ ਦਾ ਕੋਈ ਅੰਤ ਨਹੀਂ ਉਹਦੇ ਵਿੱਚ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆਣੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਆਣੀਆਂ ਜਿਹੜੀਆਂ ਬਿਓਂਡ ਯੋਰ ਮੈਜੀਨੇਸ਼ਨ ਹੈ ਜਿਹੜੀਆਂ ਤੁਹਾਨੂੰ ਰਿਐਲਿਟੀ 'ਚ ਕਦੀ ਮਿਲ ਨਹੀਂ ਸਕਦੀਆਂ ਉਹ ਦਿਮਾਗ ਤੁਹਾਡਾ ਇੰਨਾ ਕੋਈ ਜ਼ਿਆਦਾ ਉਸ ਚੀਜ਼ ਦੇ ਉੱਤੇ ਸੋਨ ਹੋ ਜਾਂਦਾ ਯੂਜ਼ ਟੂ ਹੋ ਜਾਂਦਾ ਵੀ ਜਿਹੜੀ ਕਾਰ 'ਚ ਬੈਠੀ ਹੈ ਉਹ ਤੁਹਾਨੂੰ ਚੰਗੀ ਲੱਗਣੋਂ ਹਟ ਜਾਂਦੀ ਹੈ ਉਹਦੇ ਨਾਲ ਤੁਹਾਨੂੰ ਪਿਆਰ ਤੁਹਾਡੇ ਨਾਲ ਲਵ ਅਫੈਕਸ਼ਨ ਜਿਹੜੀ ਉਹ ਘਟ ਜਾਂਦੀ ਹੈ ਉਹਦੇ ਨਾਲ ਤੁਹਾਡੀ ਐਕਸਾਈਟਮੈਂਟ ਲੈਵਲ ਘਟ ਜਾਂਦਾ ਉਹ ਜਿਹੜਾ ਐਕਸਾਈਟਮੈਂਟ ਲੈਵਲ ਹੈ ਉਹ ਤੁਹਾਡਾ ਬਣਿਆ ਰਹੇ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇਹ ਚੀਜ਼ ਹੀ ਚਰਨੀ ਚਾਹੀਦੀ ਏ ਜਿਹੜੀਆਂ ਵੀ ਮਨ ਨੂੰ ਲਲਚਾਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਵੇਖਣਾ ਆਪਾਂ ਨੂੰ ਤਿਆਗ ਕੇ ਨਾ ਰਹਿਣਾ ਜੇ ਆਹੀ ਤਿਆਗਾਗੇ ਤਾਂ ਸਾਡਾ ਕੰਮ ਕੋਈ ਗਾਂ ਚੱਲਣਾ ਤਾਂ ਸਾਡਾ 파ਟਨਰ ਵੱਲ ਜਾ ਕੇ ਇੰਟਰਸਟ ਬੰਨਣਾ ਤਾਂ ਅਸੀਂ 파ਟਨਰ ਨੂੰ ਦੇਖ ਕੇ ਖੁਸ਼ ਹੋਣਾ ਸ਼ੁਰੂ ਕਰਾਂਗੇ ਤਾਂ ਅਸੀਂ 파ਟਨਰ ਨੂੰ ਦੇਖ ਕੇ ਐਕਸਾਈਟ ਹੋਵਾਂਗੇ ਸੋ ਤੁਹਾਡਾ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੇ ਫਾਰਮੂਲੇ ਉੱਤੇ ਆਨੇ ਆ ਅੱਜ ਦਾ ਫਾਰਮੂਲਾ ਇਸੇ ਕੰਮ ਦੇ ਉੱਤੇ ਕੰਮ ਇਸੇ ਚੀਜ਼ ਦੇ ਉੱਤੇ ਕੰਮ ਕਰੇਗਾ ਵੀ ਤੁਹਾਡੇ ਐਕਸਾਈਟਮੈਂਟ ਲੈਵਲ ਨੂੰ ਵਧਾਏਗਾ ਤੁਹਾਡਾ ਜਿਹੜਾ ਆਣ ਜਾਣ ਵਾਲਾ ਸਮੇਂ ਦਾ ਜਿਹੜਾ ਮਸਲਾ ਉਹ ਹੱਲ ਕਰੇਗਾ ਕਿਸੇ ਤਰ੍ਹਾਂ ਦੀ ਸਰੀਰ ਦੇ ਵਿੱਚ ਹੋਰ ਵੀ ਕੋਈ ਕਮਜ਼ੋਰੀ ਹੈ ਕਮਜ਼ੋਰੀ ਨੂੰ ਦੂਰ ਕਰੇਗਾ ਕਮਜ਼ੋਰੀ ਨੂੰ ਜੜ ਤੋਂ ਪੱਟ ਕੇ ਸਾਈਡ ਤੇ ਰੱਖ ਦੇਗਾ ਵੈਗਰਾ ਦੇ ਨਾਜ਼ ਦੇ ਨਾਲ ਨਫ਼ਰਤ ਹੋ ਜਾਏਗੀ ਵੈਗਰਾ ਵਾਲਾ ਬਰਦਾ ਤੁਹਾਨੂੰ ਜੰਗਾ ਨਹੀਂ ਲੱਗੇਗਾ ਜਿਹੜਾ ਤੁਹਾਨੂੰ ਸਲਾਹ ਰਹੇਗਾ ਨਾ ਵੈਗਰਾ ਖਾਲਾ ਤੁਸੀਂ ਉਹਨੂੰ ਕਹੋਗੇ ਵੀ ਆਹ ਖਾਲਾ ਤਰਾਪੜਾ ਆ ਜੂ ਇਹ ਕੀ ਹੈ ਜੀ ਫਿਰ ਦੇਖੋ ਜੀ ਆ ਚੀਜ਼ ਬੜੀ ਜ਼ਬਰਦਸਤ ਲੱਭ ਕੇ ਲਿਆਂਦੀ ਹੈ ਦੀ ਹੁਣ ਤੁਸੀਂ ਮੈਨੂੰ ਆ ਦੱਸੋ ਵੀ ਇਹਦੀ ਸ਼ੇਪ ਕਿੱਦਾਂ ਦੀ ਹੈ ਇਹਦੇ ਦਿਲ ਦੀ ਸ਼ੇਪ ਬਣੀ ਹੋਈ ਹੈ ਜਿਹੜੇ ਚਾਕਲੇਟ ਹੈ ਜੀ ਚਾਕਲੇਟ ਨਹੀਂ ਹੈਗੀ ਇਹ ਇਹ ਚਾਕਲੇਟ ਤੋਂ ਬੜੀ ਗਾਂ ਦੀ ਚੀਜ਼ ਹੈ ਕੀ ਹੈ ਜੀ ਇਹ ਅਹੀ ਚੀਜ਼ਾਂ ਬੜੀਆਂ ਪਿੰਨ ਪੁਆਇੰਟ ਤੇ ਲੱਭ ਲੱਭ ਕੇ ਲੈ ਕੇ ਆਨੇ ਆ ਇਹ ਹੈਗਾ ਜੀ ਇਮਲੀ ਦਾ ਬੀਜ ਅੱਛਾ ਇਹ ਇਮਲੀ ਦਾ ਬੀਜ ਹੈ ਸ਼ੇਪ ਤਾਂ ਜੀ ਦਿਲ ਵਾਲੀ ਬਣੀ ਹੋਈ ਹੈ ਜੀ ਇਹਦੀ ਜੀ ਇਹਨੇ ਤੁਹਾਡੇ ਦਿਲ ਦੇ ਵਿੱਚ ਪੂਰੇ ਕਿੰਨਾ ਨਾ ਦਿਲ ਖੇਲ ਜਾਂਦਾ ਦਿਲ ਮਿਲ ਜਾਂਦਾ ਅੱਛਾ ਇਹਨੇ ਤੁਹਾਡਾ ਦਿਲ ਪੂਰਾ ਲਾ ਕੇ ਰੱਖਣਾ ਇਸ ਦਿਲ ਨੇ ਹਾਂਜੀ ਹਾਂਜੀ ਇਹ ਦਿਲ ਜਿਹੜਾ ਦਿਲ ਨਹੀਂ ਹੈਗਾ ਇਹਨੇ ਤੁਹਾਡੇ ਦਿਲ ਦੇ ਉੱਤੇ ਚਾਰ ਚੰਦ ਲਾ ਦੇਣੇ ਨੇ ਤੁਹਾਨੂੰ ਤੇ ਖੁਸ਼ ਕਰੇਗਾ ਕਰੇਗਾ ਨਾਲ ਤੁਹਾਡੇ ਪਾਰਟਨਰ ਨੂੰ ਵੀ ਪੂਰਾ ਖੁਸ਼ ਕਰੇਗਾ ਜਿਹੜੀ ਚੀਜ਼ ਤੁਸੀਂ ਕਦੀ ਉਮੀਦ ਨਹੀਂ ਸੀ ਕੀਤੀ ਵੀ ਮੇਰੀ ਲਾਈਫ 'ਚ ਇਹ ਕੁਝ ਹੋ ਸਕਦਾ ਉਹ ਚੀਜ਼ਾਂ ਇੰਨੀ ਤਾਕਤ ਇੰਨੀ એનર્ਜੀ ਸਰੀਰ ਦੇ ਵਿੱਚ ਭਰ ਦੇਣੀ ਹੈ ਜਿਹੜੀਆਂ ਜਿਹੜੀਆਂ ਮੈਂ ਗੱਲਾਂ ਕਰਦਾ ਵੇ ਨਾ ਇਹ ਸਾਰੀਆਂ ਤੁਸੀਂ ਜਾ ਕੇ ਗੂਗਲ ਤੇ ਚੈੱਕ ਕਰ ਲੈਣੀਆਂ ਅੱਜ ਕੱਲ ਦੀ ਜਨਰੇਸ਼ਨ ਬੜੀ ਸਮਾਰਟ ਹੈ ਜਿਹੜੀ ਵੀ ਆਪਾਂ ਗੱਲ ਕਰਦੇ ਹਾਂ ਉਹ ਪਹਿਲਾਂ ਜਾ ਕੇ ਗੂਗਲ ਤੇ ਕਲੌਸ ਚੈੱਕ ਕਰਦੇ ਅਗਲੇ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਮੈਂ ਸੱਚ ਹੱਕ 'ਚ ਹਾਂ ਕਰਨੀ ਚਾਹੀਦੀ ਹੈ ਜ਼ਰੂਰ ਕੋਈ ਵੀ ਅਖੌਤੀ ਵੈਦ ਤੁਹਾਨੂੰ ਕਹਿੰਦਾ ਨਾ ਵੀ ਐਨੇ ਪੈਸੇ ਲੱਗਣੇ ਨੇ ਫਲਾਣਾ ਲੈ ਆਓ ਫਲਾਣਾ ਲੈ ਆਓ ਲੱਖ ਲੈ ਆਓ 2 ਲੱਖ ਲੈ ਆਓ ਸਭ ਤੋਂ ਪਹਿਲਾਂ ਉਹਨੂੰ ਵੈਦ ਨੂੰ ਪੁੱਛਣਾ ਤੁਸੀਂ ਤੁਹਾਡਾ ਰਾਈਟ ਹੈ ਤੁਸੀਂ ਪੁੱਛਣਾ ਵੀ 2 ਲੱਖ ਦਾ ਸਮਾਨ ਤੁਸੀਂ ਕਿਹੜਾ ਪਾਣਾ ਲੱਖ ਦਾ ਸਮਾਨ ਤੁਸੀਂ ਕਿਹੜਾ ਪਾਣਾ ਮੈਨੂੰ ਦੱਸੋ ਮੈਂ ਬਜ਼ਾਰੋਂ ਲੈ ਕੇ ਆਂਦਾ ਹਾਂ ਠੱਗੀ ਨਹੀਂ ਮਰਵਾਣੀ ਕਿਸੇ ਕੋਲ ਇਹਦੇ 'ਚ ਕੀ ਹੈ ਜੀ ਦੇਖੋ ਜੀ ਇਹਦੇ ਵਿੱਚ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ એનર્ਜੀ ਸਭ ਕੁਝ ਦੇਣਗੀਆਂ ਜੋ ਕੁਝ ਚੀਜ਼ਾਂ ਤੁਹਾਡੇ ਬਾਡੀ ਦੇ ਅੰਦਰ ਕੰਮ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਵੀ ਨਿਊਰੋਮੀਟਰ ਬ੍ਰੇਨ ਦੇ ਵਿੱਚ ਹੈਗੇ ਨੇ ਜਿਨ੍ਹਾਂ ਨਾਲ ਐਕਸਾਈਟਮੈਂਟ ਲੈਵਲ ਆਂਦਾ ਇਹਨੇ ਤੁਹਾਡਾ ਐਕਸਾਈਟਮੈਂਟ ਲੈਵਲ ਵਧਾਣਾ ਜਿਹਦੇ ਨਾਲ ਨਸਾਂ ਦੇ ਵਿੱਚ ਜੋਸ਼ ਪੂਰਾ ਆਏਗਾ ਜਿਨ੍ਹਾਂ ਨਾਲ ਡੈੱਡ ਪਈਆਂ ਨਸਾਂ ਨਸਾਂ ਉੱਠ ਪੈਣਗੀਆਂ ਜਦੋਂ ਤੁਸੀਂ ਆਪ ਦੇ ਪਾਰਟਨਰ ਦੇ ਵੱਲ ਦੇਖੋਗੇ ਕੁਦਰਤੀ ਦਿਲ ਕਰੇਗਾ ਆਪਣੇ ਆਪ ਤੁਹਾਨੂੰ ਵੈਗਰਾ ਦਾ ਸਾਰਾ ਲੈਣ ਦੀ ਲੋੜ ਨਹੀਂ ਪੈਗੀ ਤੁਹਾਨੂੰ ਕਿਸੇ ਅਖੌਤੀ ਵੈਦ ਦੀ ਸਾਰਾ ਲੈਣ ਦੀ ਲੋੜ ਨਹੀਂ ਪੈਗੀ ਇਸ ਤੋਂ ਇਲਾਵਾ ਆਪਾਂ ਫਾਰਮੂਲੇ ਦੇ ਵਿੱਚ ਇੱਕ ਹੋਰ ਚੀਜ਼ ਐਡ ਕਰਾਂਗੇ ਠੀਕ ਹੈ ਜੀ ਇਹ ਕੀ ਚੀਜ਼ ਫਾਰਮੂਲਾ ਜਿਹੜਾ ਹੁੰਦਾ ਨਾ ਉਹ ਇੱਕ ਚੀਜ਼ ਨਾ ਨਹੀਂ ਬੰਦਾ ਫਾਰਮੂਲੇ ਦਾ ਮਤਲਬ ਹੀ ਇਹ ਹੁੰਦਾ ਵੀ ਮਿਕਸਚਰ ਆਫ 3 অর 4 ਆਈਟਮਸ ਤੁਸੀਂ ਤਿੰਨ ਚਾਰ ਚੀਜ਼ਾਂ ਨੂੰ ਇਕੱਠੀਆਂ ਕਰਕੇ ਜਿਹੜੀ ਚੀਜ਼ ਬਣਾਉਂਦੇ ਹੋ ਨਾ ਉਹਨੂੰ ਫਾਰਮੂਲਾ ਕਹਿੰਦੇ ਆ ਉਹਨੂੰ ਪੋਟਕਾ ਕਹਿੰਦੇ ਆ ਆਪਾਂ ਦੇਖੋ ਆ ਚੀਜ਼ ਹੈਗੀ ਹੈ ਜੀ ਗੰਦੇ ਦਾ ਫੁੱਲ ਗੈਂਦੇ ਦਾ ਫੁੱਲ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਮੈਰੀਗੋਲਡ ਕਹਿੰਦੇ ਆ ਉਹਦੇ ਗੈਂਦੇ ਦੇ ਫੁੱਲ ਦੇ ਸੀਡਸ ਨੇ ਬੀਜ ਨੇ ਠੀਕ ਹੈ ਗੈਂਦੇ ਦਾ ਫੁੱਲ ਜਿਹਨੂੰ ਅੰਗਰੇਜ਼ੀ ਵਿੱਚ ਮੈਰੀਗੋਲਡ ਕਹਿੰਦੇ ਆ ਉਹਦੇ ਬੀਜ ਨੇ ਇਹਨਾਂ ਦੇ ਅੰਦਰ ਕੁਦਰਤੀ ਤੌਰ ਤੇ ਇੰਨੀ ਜਾਨ ਹੈ ਇੰਨੀ ਤਾਕਤ ਹੈ ਇੱਕ ਇਹਦੇ ਵਿੱਚ ਆਪਾਂ ਹੋਰ ਐਡ ਕਰਾਂਗੇ ਗੱਲ ਸਾਡੇ ਦੇਖਣ ਵਾਲੇ ਵੀਰ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਚੀਜ਼ਾਂ ਉਹ ਦੱਸਿਆ ਕਰੋ ਜਿਹੜੀਆਂ ਆਸਾਨੀ ਨਾਲ ਬਾਜ਼ਾਰੋਂ ਮਿਲ ਜਾਂਦੀਆਂ ਨੇ ਚੀਜ਼ਾਂ ਉਹ ਦੱਸਿਆ ਕਰੋ ਜਿਹੜੀਆਂ ਹਰ ਇੱਕ ਦੀ ਜੇਬ ਨੂੰ ਅਲਾਉ ਕਰਨ ਚੀਜ਼ਾਂ ਉਹਨਾਂ ਦੱਸਿਆ ਕਰੋ ਵੀ ਫਲਾਣਾ ਲੈ ਆਇਆ ਤੇ ਉਹ 3000 ਰੁਪਏ ਤੋਲਾ ਤੇ ਫਲਾਣਾ ਇਹ ਨਾਲ ਲੈ ਆਇਆ ਉਹ ਚੀਜ਼ਾਂ ਦੇਖੋ ਹਰ ਕਿਸੇ ਦੀ ਪਹੁੰਚ ਨਹੀਂ ਹੈਗੀ ਆਪਾਂ ਕੰਸੀਡਰ ਕਰਦੇ ਆ ਜਿਹੜੇ ਸਾਡੇ ਵੀਰ ਪ੍ਰਾਜ ਜਿਨ੍ਹਾਂ ਦੀ ਇਨਕਮ ਇੰਨੀ ਜ਼ਿਆਦਾ ਨਹੀਂ ਹੈਗੀ ਉਹ ਵੀ ਹਰ ਬੰਦੇ ਦੀ ਪਹੁੰਚ ਦੇ ਵਿੱਚ ਆ ਜਣ ਜੀ ਜੀ ਠੀਕ ਹੈ ਜੀ ਇਹ ਯੂਜ਼ ਕਿਵੇਂ ਕਰਨਾ ਹੈ ਜੀ ਇਹ ਗੈਂਦੇ ਦੇ ਫੁੱਲ ਦੇ ਬੀਜ ਨੇ ਤੇ ਇਹ ਤੁਸੀਂ ਦਿਲ ਵਾਲੀ ਇਮਲੀ ਰੱਖੀ ਹੈ ਨਾਲ ਸ਼ਾਇਦ ਰੱਖਿਆ ਜੀ ਇਹਦੇ ਵਿੱਚ ਇੱਕ ਛੋਟਾ ਜਿਹਾ ਸਰਪ੍ਰਾਈਜ਼ ਐਲੀਮੈਂਟ ਹੈਗਾ ਆ ਦੋ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਮਿਕਸਰ ਗ੍ਰਾਈਂਡਰ ਦੇ ਵਿੱਚ ਪੀ ਲੈਣਾ ਠੀਕ ਹੈ ਜੀ ਉਹਨੂੰ ਪੀ ਕੇ ਜਿਹੜੀ ਤੁਹਾਡੀ ਇਮਲੀ ਏ ਉਹਦਾ ਪਾਊਡਰ ਇਦਾਂ ਦਾ ਬਣਨਾ ਜੀ ਆ ਦੇਖੋ ਵਾਈਟ ਕਲਰ ਦਾ ਠੀਕ ਹੈ ਜੀ ਆਪਾਂ ਤੁਹਾਡੀ ਕਨਵੀਨੀਅੰਸ ਲਈ ਪਹਿਲਾਂ ਹੀ ਪੀ ਕੇ ਰੱਖਿਆ ਕਿਉਂਕਿ ਅਸੀਂ ਪ੍ਰੈਕਟੀਕਲ ਕਰਨ ਲੱਪੈਨੇ ਆ ਉਸ ਵਿੱਚ ਵੀਡੀਓ ਬਹੁਤ ਲੰਬਾ ਹੋ ਜਾਂਦਾ ਅਸੀਂ ਤੁਹਾਡੀ ਸਹੂਲਤ ਲਈ ਪਹਿਲਾਂ ਹੀ ਪੀ ਕੇ ਰੱਖਿਆ ਜੀ ਇਹ ਹੋ ਗਿਆ ਜੀ ਇਹਨੂੰ ਤੁਸੀਂ ਖਰਲ ਲੈ ਕੇ ਤੇ ਤਰੀਕੇ ਨਾਲ ਥੋੜਾ ਜ਼ੋਰ ਲਾਣਾ ਪੈਣਾ ਕੋਈ ਵੀ ਕੰਮ ਹੈ ਕੋਈ ਵੀ ਤੁਹਾਡਾ ਰੋਗ ਘਟਾਇਆ ਜਾਣਾ ਨਾ ਉਹਦੇ ਲਈ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਜਿਹੜਾ ਅਸੀਂ ਖਜੂਲ ਇੰਜੋਏਮੈਂਟ ਕੀਤਾ ਹੈ ਨਾ ਬੜਕੇਲੇ ਵੀਡੀਓ ਦੇਖ ਦੇ ਕੇ ਉਹਦਾ ਮਾੜਾ ਜਿਹਾ ਸੁਰਮਾ ਜਿਹੜਾ ਨਾ ਕੱਟਣਾ ਵੀ ਔਖਾ ਹੁੰਦਾ ਇਸ ਚੀਜ਼ ਨੂੰ ਫਰਲ ਲੈ ਕੇ ਪੀਣਾ ਇਹਨੂੰ ਮਿਕਸੀ 'ਚ ਜਾਂ ਕਿਸੇ ਹੋਰ ਚੀਜ਼ 'ਚ ਨਹੀਂ ਪੀਣਾ ਕਿਉਂਕਿ ਫਿਰ ਇਹਦੀ ਜਿਹੜੀ ਤਾਕਤ ਹੈ ਉਹ ਖਤਮ ਹੋ ਜਾਣੀ ਹੈ ਕੁਝ ਐਦਾਂ ਦਾ ਬਣ ਜਾਣਾ ਆ ਦੇਖੋ ਬਿਲਕੁਲ ਜਿੱਦਾਂ ਕਵਟਨ ਹੁੰਦਾ ਨਾ ਰੂਹ ਹੁੰਦਾ ਉਦਾਂ ਦਾ ਬਣ ਜਾਣਾ ਕੁਝ ਨੇ ਠੀਕ ਹੈ ਜੀ ਆ ਦੋਨੋਂ ਚੀਜ਼ਾਂ ਜਦੋਂ ਅਸੀਂ ਇਕੱਠੀਆਂ ਕਰ ਦੇਣੀਆਂ ਨਾ ਮੰਨ ਲਓ ਜੇ ਜਿੰਨਾ ਵੀ ਇਹ ਸਮਾਨ ਲੈਣਾ ਨਾ ਦੋਨੋਂ ਇਕੁਅਲ ਅਮਾਉਂਟ ਦੇ ਵਿੱਚ ਲੈਣਾ ਜੇ 50 ਗ੍ਰਾਮ ਇਹ ਲੈਣਾ ਤੇ 50 ਗ੍ਰਾਮ ਇਹ ਲੈਣਾ ਠੀਕ ਹੈ ਜੀ ਇਹਦੇ ਵਿੱਚ ਤੀਜੀ ਇੱਕ ਹੋਰ ਚੀਜ਼ ਐਡ ਕਰਨੀ ਆ ਜਿੰਨੇ ਕੀ ਇਸ ਫਾਰਮੂਲੇ ਨੂੰ 10 ਗੁਣਾ ਜ਼ਿਆਦਾ ਤੇਜ਼ ਕਰ ਦੇਣਾ 10 ਗੁਣਾ ਜ਼ਿਆਦਾ એનર્ਜੀ ਆਣੀ ਉਹਦੇ ਨਾਲ ਉਸ ਚੀਜ਼ ਦਾ ਨਾਮ ਏ ਪਿਓਰ ਹਨੀ ਸ਼ਹਿਦ ਸ਼ਹਿਦ ਦੀ ਤੁਹਾਨੂੰ ਇੱਕ ਪੇਸ਼ਾਨ ਦੱਸ ਲੰਗਾ ਵਾ ਕਾਪੀ ਪੈਨਸਲ ਲੈ ਕੇ ਨੋਟ ਕਰ ਲੋ ਅੱਵਲ ਤੇ ਆਪਣੇ ਦਿਲਚੀ ਨੋਟ ਕਰ ਲੋ ਤੁਹਾਨੂੰ ਯਾਦ ਨਹੀਂ ਭੁੱਲਣੀ ਚੀਜ਼ ਹੈ ਢੀ ਵਧੀਆ ਕੰਮ ਦੀ ਗੱਲ ਦੱਸ ਲੰਗਾ ਜਿਹੜਾ ਸ਼ਹਿਦ ਹੈ ਨਾ ਸ਼ਹਿਦ ਦੇ ਵਿੱਚ ਕੋਈ ਖਾਸੀਅਤ ਹੈ ਜਿਹੜਾ ਤੁਸੀਂ ਬਾਜ਼ਾਰੋਂ ਸ਼ਹਿਦ ਲੈਂਦੇ ਹੋ ਨਾ ਉਹਨੂੰ ਚੈੱਕ ਕਰਨਾ ਨਾ ਦੁਕਾਨਦਾਰ ਕੋਲ ਚੱਲ ਜਿਓ ਸ਼ਹਿਦ ਦੀ ਸ਼ੀਸ਼ੀ ਫੜ ਕੇ ਪੁੱਠੀ ਕਰਦੇ ਹੋ ਜੇ ਉਹਦੇ ਥੱਲੇ ਕੋਈ ਚੀਜ਼ ਜੰਮੀ ਰਹਿ ਗਈ ਸ਼ੀਸ਼ੀ ਦੇ ਥੱਲੇੋਂ ਆਰ ਪਾਰ ਨਾ ਨਜ਼ਰ ਆਇਆ ਇਟ ਮੀਨਸ ਉਹ ਸ਼ਹਿਦ ਨਹੀਂ ਹੈਗਾ ਉਹ ਚਖੰਡ ਪਾਈ ਹੋਈ ਹੈ ਉਹ ਨਕਲੀ ਸ਼ਹਿਦ ਇਹ ਉਹ ਆਰਟੀਫੀਸ਼ੀਅਲ ਸ਼ਹਿਦ ਇਹ ਸ਼ਹਿਦ ਦੇ ਪੈਸੇ ਉਹਨੇ ਪੂਰੇ ਲੈਣੇ ਨੇ ਦੁਕਾਨਦਾਰ ਨੇ ਤੁਹਾਨੂੰ ਨਕਲੀ ਚੀਜ਼ ਦੇ ਦੇਣੀ ਉਹਨਾਂ ਤੁਹਾਨੂੰ ਫਾਇਦਾ ਨਹੀਂ ਹੋਣਾ ਨੁਕਸਾਨ ਹੋਣਾ ਇਹ ਚੀਜ਼ ਦੱਸਣੀ ਇਸ ਵੀਡੀਓ ਦੇ ਵਿੱਚ ਬਹੁਤ ਜ਼ਰੂਰੀ ਸੀਗੀ ਕਿਉਂਕਿ ਜਦੋਂ ਤੁਸੀਂ ਆਰਟੀਫੀਸ਼ੀਅਲ ਸ਼ਹਿਦ ਨਾਲ ਇਹਨੂੰ ਇਸਤੇਮਾਲ ਕਰੋਗੇ ਤੁਹਾਨੂੰ ਉਹ ਕਰੰਟ ਨਹੀਂ ਮਿਲਣਾ ਤੁਹਾਨੂੰ ਤਾਕਤ ਨਹੀਂ ਮਿਲਣੀ ਤੁਹਾਨੂੰ ਉਹ ਜਾਨ ਨਹੀਂ ਮਿਲਣੀ ਸੋ ਇਹ ਜਿਹੜਾ ਸ਼ਹਿਦ ਇਹ ਪਿਓਰ ਸ਼ਹਿਦ ਹੈ ਤੁਸੀਂ ਵੀ ਕੋਸ਼ਿਸ਼ ਕਰਿਓ ਸ਼ੀਸ਼ੀ ਨੂੰ ਪੁੱਠੀ ਕਰਕੇ ਚੈੱਕ ਕਰਕੇ ਫੇਰ ਸ਼ਹਿਦ ਲੈ ਕੇ ਆਇਓ ਠੀਕ ਹੈ ਕਈਆਂ ਮੇਰੇ ਵੀਰਾਂ ਨੂੰ ਵੈਸੇ ਪਛਾਣ ਹੋਣੀ ਵੀ ਹੈ ਕਈ ਬਹੁਤ ਸਿਆਣੇ ਨੇ ਇਹਨਾਂ ਚੀਜ਼ਾਂ ਦੀ ਉਹਨਾਂ ਨੂੰ ਪਤਾ ਹੁੰਦਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਦੱਸ ਰਹੇ ਸੀ ਆਪਾਂ ਦੇਖੋ 50 ਗ੍ਰਾਮ ਈਲ ਲੈਣਾ 50 ਗ੍ਰਾਮ ਈਲ ਲੈਣਾ ਫਰੂਕੀ ਸਾਹਿਬ ਤੁਸੀਂ ਯਕੀਨ ਕਰੋ ਆ ਜਿਹੜਾ ਪਾਊਡਰ ਹੈ ਨਾ ਇਦਾਂ ਦੇ ਪਾਊਡਰ ਨੂੰ ਅਕਵਾਤੀ ਵੈਦ ਪੁੜੀਆਂ ਦੇ ਵਿੱਚ ਭਰ-ਭਰ ਕੇ ਥੱਬੇ ਨੋਟਾਂ ਦੇ ਲੱਲ ਲੈਂਦੇ ਨੇ ਜਿਨ੍ਹਾਂ ਨਾਲ ਉਹਨਾਂ ਦੀਆਂ ਵੱਡੀਆਂ ਗੱਡੀਆਂ ਚੱਲਦੀਆਂ ਨੇ ਮਰਸੀਡੀਜ਼ ਚੱਲਦੀਆਂ ਨੇ ਬੀਐਮਡਬਲਿਊ ਚੱਲਦੀਆਂ ਨੇ ਆਡੀਆਂ ਚੱਲਦੀਆਂ ਨੇ ਇਹਨਾਂ ਨਾਲ ਹੀ ਚੱਲਦੀਆਂ ਨੇ ਸੋ ਵੇਕੂਫ ਨਾ ਬਣੋ ਸਿਆਣੇ ਬਣੋ ਜਿਹੜੇ ਪੈਸੇ ਤੁਹਾਡੇ ਬੱਚਿਆਂ ਦੇ ਕੰਮ ਆਣੇ ਨੇ ਤੁਹਾਡੇ ਪਰਿਵਾਰ ਦੇ ਕੰਮ ਆਣੇ ਨੇ ਉਹਨਾਂ ਕੀਮਤੀ ਪੈਸੇ ਨੂੰ ਕੀਮਤੀ ਅਮਾਉਂਟ ਨੂੰ ਕੋਈ ਤੀ ਵੈਦਾਂ ਦੀ ਜੇਬਾਂ 'ਚ ਨਾ ਪਾਓ ਇਹ ਪਾਊਡਰ ਘਰੇ ਬਣਾਓ ਜ਼ਿੰਦਗੀ ਸੁਖੀ ਬਣਾਓ ਅੱਛਾ ਤੇ ਫਿਰ ਇਹ ਇਸਤੇਮਾਲ ਕਿਵੇਂ ਕਰਨਾ ਹੁਣ ਤੁਸੀਂ ਜਾਣਦੇ ਜਾਨੇ ਸਾਨੂੰ ਇਹ ਵੀ ਜ਼ਰੂਰ ਦੱਸ ਕੇ ਜੀ ਜ਼ਰੂਰ ਦੱਸਾਂਗੇ ਜੀ 50 ਗ੍ਰਾਮ ਇਹ 50 ਗ੍ਰਾਮ ਇਹ ਇਹਨਾਂ ਨੂੰ ਇਕੱਠਾ ਮਿਕਸ ਕਰ ਲੈਣਾ ਇੱਕੋ ਥਾਂ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉਹਦੇ ਨਾਲ ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਲੈਣਾ 15 ਦਿਨ ਲਗਾਤਾਰ ਆਪਾਂ ਲੈ ਸਕਦੇ ਆਂ ਇੱਕ ਚਮਚਾ ਸ਼ਹਿਦ ਇੱਕ ਚਮਚਾ ਪਾਊਡਰ ਦੋਨਾਂ ਨੂੰ ਮਿਕਸ ਕਰਕੇ ਜਿਹੜਾ ਪਾਊਡਰ ਤਿਆਰ ਹੋਣਾ ਹੈ ਇੱਕ ਚਮਚਾ ਪਾਊਡਰ ਤੇ ਇੱਕ ਚਮਚਾ ਸ਼ਹਿਦ ਰਾਤ ਦੀ ਰੋਟੀ ਤੋਂ 2 ਘੰਟੇ ਪਹਿਲਾਂ ਰਾਤ ਦੀ ਰੋਟੀ ਤੋਂ 2 ਘੰਟੇ ਪਹਿਲਾਂ ਜ਼ਮੀਨ ਤੇ ਬੈਠ ਕੇ ਪੁੰਜੇ ਬੈਠ ਕੇ ਆਹ ਦੋਨੋਂ ਚੀਜ਼ਾਂ ਨੂੰ ਇਕੱਠੇ ਕਰਕੇ ਇੱਕ ਚਮਚਾ ਨਾਲ ਸ਼ਹਿਦ ਇਹਨੂੰ ਇਕੱਠਾ ਕਰਕੇ ਮਿਕਸ ਕਰਕੇ ਆਰਾਮ ਨਾਲ ਜਿੱਦਾ ਚਟਨੀ ਬਣਦੀ ਨਾ ਚਟਨੀ ਬਣ ਜੇਗੀ ਚਟਨੀ ਬਣੋ ਇਹਨੂੰ ਕਿਸੇ ਚਮਚੇ ਨਾਲ ਵੀ ਖਾ ਸਕਦੇ ਹੋ ਹੱਥ ਨਾਲ ਵੀ ਖਾ ਸਕਦੇ ਹੋ ਗੱਲਾਂ ਵੀ ਖਾ ਸਕਦੇ ਹੋ ਖਾਣ ਤੋਂ ਬਾਅਦ ਘੱਟੋ ਘੱਟ 15 ਤੋਂ 20 ਮਿੰਟ ਕੋਈ ਚੀਜ਼ ਹੋਰ ਕੰਜ਼ੂਮ ਨਹੀਂ ਕਰਨੀ ਇਹ ਰੂਟੀਨ ਆਪਾਂ 15 ਦਿਨ ਫਾਲੋ ਕਰ ਸਕਦੇ ਹਾਂ 15 ਦਿਨ ਤੋਂ ਜ਼ਿਆਦਾ ਨਹੀਂ ਫਾਲੋ ਕਰ ਸਕਦੇ 15 ਦਿਨ ਤੋਂ ਬਾਅਦ ਆਪਣਾ ਫਿਰ ਦਿਲ ਕਰਦਾ ਵੀ ਇਹਨੂੰ ਆਪਾਂ ਫਾਰਮੂਲੇ ਨੂੰ ਐਕਸਟੈਂਡ ਕਰਨਾ ਵੀ ਜਾਨ ਬਹੁਤ ਆ ਗਈ ਸਰੀਰ ਦੇ ਵਿੱਚ ਬਹੁਤ ਮਜ਼ਾ ਆ ਬਹੁਤ ਅੱਛਾ ਲੱਗਿਆ ਵਰਤ ਕੇ ਤੁਹਾਨੂੰ ਵੀ ਅੱਛਾ ਲੱਗਿਆ ਪਾਰਟਨਰ ਵੀ ਅੱਛਾ ਲੱਗਿਆ ਕੰਟੀਨਿਊ ਨਹੀਂ ਕਰਨਾ 15 ਦਿਨ ਤੋਂ ਬਾਅਦ ਕਟੋੜਾ ਇੱਕ ਹਫਤੇ ਦਾ ਗੈਪ ਆਣਾ ਫਿਰ 15 ਦਿਨ ਯੂਜ਼ ਕਰ ਸਕਦੇ ਹੋ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੇ ਫਾਰਮੂਲੇ ਬਾਰੇ ਦੱਸਣ ਵਾਸਤੇ ਔਰ ਇਨੀ ਚੰਗੀ ਜਾਣਕਾਰੀ ਜਿਹੜੀ ਇਨਫੋਰਮੇਸ਼ਨ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਕੀਕਤ ਟੀਵੀ ਪੰਜਾਬੀ ਦੇਖਣ ਵਾਲਿਆਂ ਦਾ ਮੇਰੇ ਪਰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਜੀ ਸੋ ਇਹ ਸਨ ਗੋਰੀਆ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਹੀ ਨੁਸਖਾ ਫਾਰਮੂਲਾ ਗਿੰਦੇ ਦੇ ਬੀਜ ਤੇ ਇਮਲੀ ਦੇ ਬੀਜਾਂ ਨੂੰ ਰਗੜ ਕੇ ਸ਼ਹਿਦ 'ਚ ਮਿਲਾ ਕੇ ਰੋਟੀ ਖਾਣ ਤੋਂ ਰਾਤ ਵੇਲੇ 2 ਘੰਟੇ ਪਹਿਲਾਂ ਜੇਕਰ ਅਸੀਂ ਲੈਨੇ ਤਾਂ ਉਸ ਨਾਲ ਥੋੜੀ ਜ਼ਿੰਦਗੀ ਹੈ ਜਿਹੜੀ ਉਸ ਦੇ ਵਿੱਚ ਬਹਾਰ ਆ ਸਕਦੀ ਹੈ ਜਿਹੜੀ ਰਸਤੇ ਲਾਈਫ ਹੈ ਜਿਹੜੀ ਤੁਹਾਡੀ ਉਹ ਸੁਧਰ ਸਕਦੀ ਹੈ ਸੋ ਜੇਕਰ ਤੁਸੀਂ ਗੋਰਿਆ ਦੇ ਵੈਦ ਵੈਦ ਹਰਸ਼ਵੀਰ ਹੋਰਾਂ ਨੂੰ ਮਿਲਣਾ ਜਾਂ ਕੰਸਲਟ ਕਰਨਾ ਤਾਂ ਅਸੀਂ ਨੰਬਰ ਵੀ ਉਹਨਾਂ ਦਾ ਦਿੱਤਾ ਹੋਇਆ ਹੈ ਸਕਰੀਨ ਦੇ ਉੱਤੇ ਤੇ ਇਹ ਜਿਹੜਾ ਜਲੰਧਰ ਦੇ ਨਿਰਿੰਦਰ سینਮਾ ਦੇ ਸਾਹਮਣੇ ਅਰੋੜਾ ਪ੍ਰਾਈਮ ਟਾਵਰ ਹੈਗਾ ਉਹਦੀ ਬੇਸਮੈਂਟ ਦੇ ਵਿੱਚ ਇਹਨਾਂ ਦਾ ਦਵਾਖਾਨਾ ਉੱਥੇ ਆ ਕੇ ਵੀ ਤੁਸੀਂ ਸੰਡੇ ਨੂੰ ਛੱਡ ਕੇ ਇਤਵਾਰ ਨੂੰ ਛੱਡ ਕੇ ਕਿਸੇ ਵੇਲੇ ਵੀ 1 ਵਜੇ ਤੋਂ ਬਾਅਦ ਤੁਸੀਂ ਇੱਥੇ ਇਹਨਾਂ ਨੂੰ 6 ਵਜੇ ਤੱਕ ਜਿਹੜਾ ਉਹ ਮਿਲ ਸਕਦੇ ਹੋ ਧੰਨਵਾਦ